ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਸੁਣ ਰਹੇ ਹੋ ਰੇਡੀਓ ਗੱਲ ਪੰਜਾਬ ਦੀ। ਯੂਐਸਏ ਬਲਰਾਜ ਪਨੂ ਹਾਜ਼ਰ ਹੈ ਪ੍ਰੋਗਰਾਮ ਇੱਕ ਨਜ਼ਰ ਸੁਰਖੀਆਂ ਤੇ ਲੈ ਕੇ। ਸੋ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਖਾਸ ਖਾਸ ਖਬਰਾਂ ਤੇ ਸਾਡੇ ਨਾਲ ਚਰਚਾ ਕਰਨਗੇ ਜਾਣੇ ਮਾਣੇ ਹੋਗੇ ਪੱਤਰਕਾਰ S.P.Singh ਜੀ। ਜੀ ਸਿੰਘ ਸਾਹਿਬ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ, ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਜੇ ਆਪਾਂ ਸਿੰਘ ਸਾਹਿਬ ਗੱਲ ਕਰੀਏ ਤਾਂ ਆਪਾਂ ਖਾਪ ਪੰਚਾਇਤਾਂ ਦੀ ਗੱਲ ਕਰਦੇ ਹਾਂ। ਕੱਲ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਜਿਹੜਾ ਲਿਆ ਤੇ ਇਹ ਖਾਪ ਪੰਚਾਇਤਾਂ ਦੀ ਜਿਹੜੀ ਇੰਪੋਰਟੈਂਸ ਹੈ ਉਹਨੂੰ ਬਹੁਤ ਵੱਡੀ ਠੇਸ ਜਿਹੜੀ ਆ ਉਹ ਲੱਗੀ ਹੈ। ਪਰ ਸਵਾਲ ਜਿਹੜਾ ਉਹ ਇਹ ਉੱਠਦਾ ਕਿ ਹੁਣ ਇਹ ਜੇ ਗੱਲ ਕੀਤੀ ਜਾਏ ਕਿਸੇ ਸੰਗਠਨ ਦਾ ਇਸ ਤਰ੍ਹਾਂ ਸਮਾਪਤ ਹੋਣਾ, ਉਹਦੇ ਵੀ ਕੋਈ ਖਾਸ ਮਹੱਤਤਾ ਜਿਹੜੀ ਆ ਉਹਦੀ ਠੇਸ ਤਾਂ ਪਹੁੰਚੇਗੀ ਪਹੁੰਚੇਗੀ, ਪਰ ਹੁਣ ਇੰਝ ਲੱਗਦਾ ਕਿ ਜਿਵੇਂ ਰਾਜਨੀਤਿਕ ਦਲਾਂ ਨੇ ਇਹਦੀ ਜਗ੍ਹਾ ਜਿਹੜੀ ਆ ਉਹ ਲੈ ਲਈ ਹੈ। ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਮਤਲਬ ਸਾਡੇ ਸੰਵਿਧਾਨ ਨੂੰ ਕੋਈ ਬਹੁਤੀ ਤਵੱਜੋ ਨਹੀਂ ਦਿੱਤੀ ਜਾਂਦੀ ਅੱਜ ਕੱਲ੍ਹ ਰਾਜਨੀਤਿਕ ਗਲਿਆਰਿਆਂ ਦੇ ਵਿੱਚ, ਚੋਣਾਂ ਨੂੰ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਹੈ ਤੇ ਖਾਪ ਵਰਗੀਆਂ ਸੰਸਥਾਵਾਂ ਦੇ ਨਾਲ ਪੰਗਾ ਲੈ ਕੇ ਸਭ ਨੂੰ ਪਤਾ ਕਿ ਜਿੱਤਿਆ ਨਹੀਂ ਜਾ ਸਕਦਾ, ਕਿੰਨਾ ਕੁ ਪ੍ਰਭਾਵ ਹੈ ਜਿਹੜਾ ਸੁਪਰੀਮ ਕੋਰਟ ਦੇ ਫੈਸਲੇ ਦਾ ਪਏਗਾ? ਅਸੀਂ ਸਭ ਤੋਂ ਪਹਿਲਾਂ ਤੇ ਬੇਹੱਦ ਸਵਾਗਤ ਯੋਗ ਫੈਸਲਾ ਹੈ ਸੁਪਰੀਮ ਕੋਰਟ ਦਾ, ਜਿਹੜਾ ਨਾਗਰਿਕ ਦੇ ਅਧਿਕਾਰਾਂ ਦੀ ਰੱਖਿਆ ਕਰਦਾ ਹੈ, ਸੰਵਿਧਾਨ ਦੇ ਨਾਲ ਠੀਕ ਇਨ ਅਲਾਈਨਮੈਂਟ ਹੈ, ਇਨ ਕੰਸੋਨੈਂਸ ਹੈ। ਤੇ ਇੱਕ ਵੱਡੀ ਗੱਲ ਜਿਹੜਾ ਇਹ ਦਰਸਾਉਂਦਾ ਹੈ ਉਹ ਸਾਡੀ ਪੋਲੀਟੀਕਲ ਜਮਾਤ ਦਾ, ਰਾਜਨੀਤਿਕ ਜਮਾਤ ਦਾ ਫੇਲੀਅਰ ਹੈ ਕਿ ਉਹ ਇਸ ਕਿਸਮ ਦੀ ਸਮਾਜ ਦੇ ਵਿੱਚ ਇੱਕ ਵੱਡੀ ਐਬੀਰੇਸ਼ਨ ਸੀ, ਇੱਕ ਇਹੋ ਜਿਹੀ ਪ੍ਰਥਾ ਜਿਹੜਾ ਜਿਹੜੀ ਆਪਣਾ ਸਮਾਂ ਵਿਹਾ ਚੁੱਕੀ ਹੈ, ਉਸਨੂੰ ਲਗਾਤਾਰ ਇੱਕ ਮੋਰਲ ਤੇ ਸਮਾਜਿਕ ਸੈਂਕਸ਼ਨ ਦਿੱਤੀ ਬੈਠਾ ਸੀ। ਇਹ ਜਿਹੜੀ ਸਮਾਜਿਕ ਮਾਨਤਾ ਇਹਨਾਂ ਖਾਪ ਪੰਚਾਇਤਾਂ ਨੇ ਲਈ ਸੀ, ਜਿਹਦੇ ਵਿੱਚ ਉਹ ਆਪੋ ਬਣੇ ਪਹਿਰੇਦਾਰ ਸਮਾਜ ਦੀ ਕਿਸੇ ਅਖੌਤੀ ਇੱਜ਼ਤ ਦੇ, ਕਿਸੇ ਗੋਤਰਾ ਦੀ ਇੱਜ਼ਤ ਦੇ, ਕਿਸੇ ਜਾਤੀ ਦੀ ਇੱਜ਼ਤ ਦੇ ਬਣੇ ਸਕਦੇ ਸੀ, ਉਹਨਾਂ ਦੇ ਉੱਤੇ ਇੱਕ ਵੱਡੀ ਰੋਕ ਹੈ ਤੇ ਸੰਵਿਧਾਨ ਦੇ ਅਨੁਸਾਰ ਇੱਕ ਕਲੀਅਰ ਡਾਇਰੈਕਟਿਵ ਹੈ ਕਿ ਇਸ ਕਿਸਮ ਦੀਆਂ ਤਾਕਤਾਂ ਨੂੰ, ਭਾਵੇਂ ਉਹ ਆਪਣੇ ਆਪ ਨੂੰ ਸਮਾਜ ਦੇ ਕਿੰਨੇ ਹੀ ਵੱਡੇ ਠੇਕੇਦਾਰ ਦੇ ਤੌਰ ਤੇ ਉੱਤੇ ਸਰਬੁਲੰਦ ਕਰਦੀਆਂ ਹੋਣ, ਉਹਨਾਂ ਦੀ ਕੋਈ ਜਗ੍ਹਾ ਸਾਡੇ ਅੱਜ ਦੇ ਆਧੁਨਿਕ ਸਮਾਜ ਦੇ ਵਿੱਚ ਨਹੀਂ ਹੈ। ਇਹ ਸੁਪਰੀਮ ਕੋਰਟ ਦੇ ਤਿੰਨ ਜੱਜਿਸ ਦੇ ਫੈਸਲੇ ਨੇ ਇੱਕ ਗੱਲ ਸਿੱਧ ਕਰ ਦਿੱਤੀ ਹੈ ਕਿ ਸਾਡੇ ਇੱਥੇ ਨਾਗਰਿਕ ਦੇ ਅਧਿਕਾਰ, ਕਾਨੂੰਨ ਦਾ ਰਾਜ ਤੇ ਸੰਵਿਧਾਨ ਦੀ ਛਤਰ ਛਾਇਆ, ਇਹਨਾਂ ਤਿੰਨਾਂ ਦੇ ਥੱਲੇ ਹੀ ਕਿਸੇ ਕਿਸਮ ਦਾ ਜੀਵਨ ਸੰਭਾਵਿਤ ਹੈ। ਇਸ ਤੋਂ ਬਾਹਰ ਕੋਈ ਆਪਣੇ ਆਪ ਨੂੰ ਸਮਾਜ ਦਾ ਪਹਿਰੇਦਾਰ ਦੱਸ ਕੇ ਤੇ ਸਮਾਜ ਦੀ ਠੇਕੇਦਾਰੀ ਦਾ ਲਾਇਸੈਂਸ ਨਹੀਂ ਲੈ ਸਕਦਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਪੋਲੀਟੀਕਲ ਪਾਰਟੀਆਂ ਨਹੀਂ ਕਰ ਸਕੀਆਂ ਉਹ ਸੁਪਰੀਮ ਕੋਰਟ ਦੇ ਇਸ ਤਿੰਨ ਜੱਜਾਂ ਦੇ ਬੈਂਚ ਨੂੰ ਕਰਨਾ ਪਿਆ। ਮਾਮਲਾ ਇੱਥੇ ਤੱਕ ਜਾਂਦਾ ਹੀ ਨਾ ਜੇ ਕਾਂਗਰਸ ਪਾਰਟੀ, ਭਾਰਤੀ ਜਨਤਾ ਪਾਰਟੀ, INLD, ਹਰਿਆਣਾ ਵਿਕਾਸ ਪਾਰਟੀਆਂ, ਇਹ ਪਾਰਟੀਆਂ ਜੇ ਇਹ ਕਹਿੰਦੀਆਂ ਕਿ ਜੋ ਦੇਸ਼ ਦਾ ਸੰਵਿਧਾਨ ਹੈ ਉਸ ਅਨੁਸਾਰ ਹੀ ਚੱਲਾਂਗੇ, ਕੋਈ ਖਾਪ ਪੰਚਾਇਤ ਕਿਸੇ ਦੇ ਨਾਲ ਖੜੇ ਅਗੇਂਸਟ ਖੜੇ, ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਸੱਚੀ ਗੱਲ ਇਹ ਹੈ ਕਿ ਭਾਵੇਂ ਕਾਨੂੰਨ ਦੇ ਵਿੱਚ ਉਹਨਾਂ ਦੀ ਕੋਈ ਜਗ੍ਹਾ ਨਹੀਂ, ਪਰ ਸਾਡੇ ਪਿਛਾਂ ਖਿੱਚੋ ਸਮਾਜ ਦੇ ਹਿੱਸਿਆਂ ਦੇ ਵਿੱਚ ਅਜਿਹੀਆਂ ਖਾਪ ਪੰਚਾਇਤਾਂ ਨੂੰ ਇੱਕ ਮਾਨਤਾ ਮਿਲੀ ਹੀ ਹੋਈ ਹੈ, ਉਹਨਾਂ ਦੇ ਖਿਲਾਫ ਇੱਕ ਸੰਘਰਸ਼ ਕਰਨਾ, ਖਾਪ ਪੰਚਾਇਤਾਂ ਦੇ ਲੋਕਾਂ ਨੂੰ ਵੀ ਇਸ ਤਰੀਕੇ ਨਾਲ ਪ੍ਰੇਰਿਤ ਕਰਨਾ ਤੇ ਜਾਗਰੂਕ ਕਰਨਾ ਕਿ ਉਹ ਜੋ ਕਰ ਰਹੇ ਨੇ ਦਰਅਸਲ ਉਹ ਫਰਜ਼, ਇਸ ਤੋਂ ਬਾਅਦ ਟ੍ਰਾਂਜੀਸ਼ਨ ਟ੍ਰਾਂਜ਼ਿਟ ਕਰ ਦਿੱਤੇ ਗਏ ਸੀ, ਮਾਈਗ੍ਰੇਟ ਹੋ ਗਏ ਸੀ, ਤੇ ਉਹ ਜ਼ਿੰਮਾ ਪੁਲਿਸ ਦਾ, ਕਾਨੂੰਨ ਦਾ, ਸੰਵਿਧਾਨ ਦਾ ਹੈ ਕਿ ਉਹ ਨਾਗਰਿਕ ਦੇ ਅਧਿਕਾਰਾਂ ਦੀ ਸੁਰੱਖਿਆ ਕਰੇ। ਇਹ ਠੇਕਾ ਅਸੀਂ ਕਿਸੇ ਖਾਪ ਪੰਚਾਇਤ ਨੂੰ ਨਹੀਂ ਦਿੱਤਾ ਹੋਇਆ। ਇਸ ਗੱਲ ਦੇ ਵਿੱਚ ਰਾਜਨੀਤਿਕ ਪਾਰਟੀਆਂ ਅਸਫਲ ਰਹੀਆਂ ਨੇ, ਇਸੇ ਕਰਕੇ ਤੁਸੀਂ ਦੇਖੋ ਆਮ ਲੋਕਾਂ ਦੇ ਵਿੱਚ ਵੀ ਇਹ ਮਾਨਤਾ ਕਿ ਹਾਂਜੀ ਸਾਡੇ ਪਿੰਡ ਦੀ ਕੁੜੀ ਹੈ, ਇਹ ਸਾਡੇ ਪਿੰਡ ਦੇ ਮੁੰਡੇ ਨਾਲ ਕਿਵੇਂ ਵਿਆਹ ਕਰ ਸਕਦੀ ਹੈ। ਸੋ ਕੁੜੀ ਦੀ ਕੀ ਮਰਜ਼ੀ ਹੈ, ਉਹ ਕਿਸ ਨਾਲ ਵਿਆਹ ਕਰੇਗੀ ਉਸ ਨੂੰ ਅਸੀਂ ਡਿਸਾਈਡ ਕਰਦੇ ਹਾਂ। ਅਰੇਂਜਡ ਮੈਰਿਜਸ ਤਾਂ ਮੈਨੂੰ ਕਦੀ ਸਮਝ ਹੀ ਨਹੀਂ ਆਇਆ ਕੀ ਚੀਜ਼ ਹੁੰਦੀਆਂ ਨੇ। ਮੈਨੂੰ ਤਾਂ ਲੱਗਦਾ ਸਿਰਫ ਜਾਂ ਮੁਹੱਬਤ ਦੀਆਂ ਸ਼ਾਦੀਆਂ ਹੁੰਦੀਆਂ ਨੇ ਜਾਂ ਫਿਰ ਡਿਰੇਂਜਡ ਮੈਰਿਜਸ ਹੁੰਦੀਆਂ ਨੇ, ਸ਼ਾਇਦ ਉਹਨਾਂ ਨੂੰ ਹੀ ਅਰੇਂਜਡ ਮੈਰਿਜਸ ਕਹਿ ਦਿੱਤਾ ਜਾਂਦਾ ਹੈ। ਪਰ ਇਸ ਸਮਾਜ ਦੇ ਵਿੱਚ ਇਹ ਸਭ ਜਾਤ ਪਾਤ ਤੇ ਸਭ ਨੂੰ ਮਾਨਤਾ ਮਿਲੀ ਹੋਵੇ ਉਹਦੇ ਵਿੱਚ ਖਾਪ ਪੰਚਾਇਤਾਂ ਵਰਗੀਆਂ ਸੰਸਥਾਵਾਂ ਆਪਣੇ ਆਪ ਹੀ ਮਾਨਤਾ ਪ੍ਰਾਪਤ ਕਰ ਜਾਂਦੀਆਂ ਨੇ। ਖਾਪ ਪੰਚਾਇਤਾਂ ਦੇ ਖਿਲਾਫ ਇਹ ਲੜਾਈ ਜਿਹੜੀ ਸੁਪਰੀਮ ਕੋਰਟ ਨੇ ਬੜੇ ਵਜਵੇਂ ਰੂਪ ਦੇ ਵਿੱਚ ਹੁਣ ਤੈਅ ਕਰ ਦਿੱਤੀ ਹੈ, ਉਹਦੇ ਨਾਲ ਨਾਲ ਇਹ ਜ਼ਰੂਰੀ ਹੋਵੇਗਾ ਕਿ ਅਸੀਂ ਬਾਕੀ ਦੇ ਉਸ ਪੁਰਸ਼ ਪ੍ਰਧਾਨੀ ਸਿਸਟਮ ਤੋਂ ਵੀ ਬਾਹਰ ਨਿਕਲੀਏ ਜਿਸ ਵਿੱਚ ਇਸ ਖਾਪ ਪੰਚਾਇਤ ਨੇ ਜਗ੍ਹਾ ਬਣਾਈ ਹੋਈ ਸੀ। ਪਰ ਬਹੁਤ ਵੱਡਾ ਫੈਸਲਾ, ਬੇਹੱਦ ਸਵਾਗਤ ਯੋਗ ਹੈ। ਜੀ 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 ਬਿਲਕੁਲ ਬਿਲਕੁਲ। ਅਗਲੀ ਖਬਰ ਦੇ ਵੱਲ ਜੇ ਆਪਾਂ ਗੱਲ ਕਰਦੇ ਹਾਂ ਤਾਂ ਕਰਨਾਟਕਾ ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ ਉਹਨਾਂ ਨੂੰ ਲੈ ਕੇ ਕੱਲ ਕਾਫੀ ਆਪਾਂ ਕਹਿ ਸਕਦੇ ਹਾਂ ਕਿ ਰੌਲਾ ਰੱਪਾ ਜਿਹੜਾ ਉਹ ਪਿਆ, ਜਦੋਂ ਕਿ ਉਹ ਜ਼ਿੰਮੇਵਾਰੀ ਇਲੈਕਸ਼ਨ ਕਮਿਸ਼ਨ ਦੀ ਬਣਦੀ ਹੈ ਚੋਣਾਂ ਦੀ ਤਰੀਕ ਐਲਾਨ ਕਰਨਾ, ਪਰ ਬੀਜੇਪੀ ਦੇ ਆਦਮੀ ਦਾ ਟਵੀਟ ਕਰਨਾ ਇਹ ਕਾਫੀ ਇਸੇ ਚਰਚਾ ਹੁੰਦੀ ਗਈ। ਦਰਅਸਲ ਜੀ ਇਲੈਕਸ਼ਨ ਕਮਿਸ਼ਨ ਤੇ ਆਪਣੀ ਜ਼ਿੰਮੇਵਾਰੀ ਨਿਭਾ ਹੀ ਰਿਹਾ ਸੀ, ਮੁਸ਼ਕਲ ਹੀ ਸਿਰਫ ਇਹ ਆ ਗਈ ਕਿ ਉਸ ਤੋਂ 2-4 ਮਿੰਟ ਪਹਿਲਾਂ ਬੀਜੇਪੀ ਨੇ ਆਪਣੀ ਜ਼ਿੰਮੇਵਾਰੀ
ਬੜੀ ਕੁਛ ਜ਼ਿਆਦਾ ਨਿਭਾ ਦਿੱਤੀ ਸੀ। ਉਹਨਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ, ਸਾਰੇ ਦੇਸ਼ ਦਾ ਮੀਡੀਆ ਉੱਥੇ ਸੀ ਤੇ ਕਿਸੇ ਨੂੰ ਕਦੀ ਵੀ ਅੱਜ ਤੱਕ ਇਹ ਪਤਾ ਨਹੀਂ ਲੱਗਿਆ ਜਦੋਂ ਤੱਕ ਇਲੈਕਸ਼ਨ ਕਮਿਸ਼ਨ ਨੇ ਅਨਾਊਂਸ ਨਹੀਂ ਕੀਤਾ ਕਿ ਕਿਸੇ ਪ੍ਰਦੇਸ਼ ਦੇ ਵਿੱਚ ਜਾਂ ਦੇਸ਼ ਦੇ ਵਿੱਚ ਇਲੈਕਸ਼ਨ ਕਿਹੜੀ ਤਰੀਕ ਨੂੰ ਹੋ ਰਹੀ ਹੈ, ਨੋਮੀਨੇਸ਼ਨ ਕਿਹੜੀ ਤਰੀਕ ਨੂੰ ਹੋਣਗੀਆਂ ਤੇ ਕਾਊਂਟਿੰਗ ਕਿਹੜੀ ਤਰੀਕ ਨੂੰ ਹੋਵੇਗੀ, ਅਸੀਂ ਕਿਆ ਕਰਾਈਆਂ ਤੇ ਲਗਾ ਸਕਦੇ ਹਾਂ। ਪਰ ਐਗਜੈਕਟ ਡੇਟ ਹਮੇਸ਼ਾ ਇਲੈਕਸ਼ਨ ਕਮਿਸ਼ਨ ਦੇ ਦੱਸਣ ਤੋਂ ਬਾਅਦ ਹੀ ਬਾਹਰ ਆਉਂਦੀ ਹੈ। ਸਾਡੇ ਜਿਹੜਾ ਦੇਸ਼ ਦਾ ਇਲੈਕਸ਼ਨ ਕਮਿਸ਼ਨ ਹੈ ਇਹ ਉਹਨਾਂ ਡੈਮੋਕ੍ਰੇਟਿਕ ਇੰਸਟੀਟਿਊਸ਼ਨ ਦੇ ਵਿੱਚੋਂ ਹੈ, ਕੌਨਸਟੀਟਿਊਸ਼ਨਲ ਉਹਨਾਂ ਸੰਸਥਾਵਾਂ ਦੇ ਵਿੱਚੋਂ ਹੈ ਜਿਨ੍ਹਾਂ ਦੀ ਦੁਨੀਆ ਭਰ ਦੇ ਵਿੱਚ ਇੱਕ ਸਾਖ ਕਾਇਮ ਹੋ ਚੁੱਕੀ ਹੈ। ਦੂਸਰੇ ਦੇਸ਼ ਵੀ ਹਿੰਦੁਸਤਾਨ ਤੋਂ ਆਫੀਸ਼ੀਅਲੀ ਇਹ ਸਿੱਖਣ ਦੀ ਕੋਸ਼ਿਸ਼ ਕਰਦੇ ਨੇ ਤੇ ਸਾਡੇ ਇਲੈਕਸ਼ਨ ਕਮਿਸ਼ਨ ਨੇ ਜਗ੍ਹਾ ਜਗ੍ਹਾ ਤੇ ਆਪਣੇ ਨੁਮਾਇੰਦੇ ਟ੍ਰੇਨਿੰਗ ਲਈ ਭੇਜੇ ਨੇ ਕਿ ਕਿਸੇ ਜਗ੍ਹਾ ਦੇ ਉੱਤੇ ਫ੍ਰੀ ਤੇ ਫੇਅਰ ਇਲੈਕਸ਼ਨ ਕਿਵੇਂ ਕਰਵਾਈਆਂ ਜਾ ਸਕਦੀਆਂ ਨੇ। 130 ਕਰੋੜ ਲੋਕਾਂ ਦੇ ਦੇਸ਼ ਦੇ ਵਿੱਚ ਜੇ ਸੱਤਾ ਪਰਿਵਰਤਨ ਅਮਨ ਸ਼ਾਂਤੀ ਦੇ ਨਾਲ ਹੁੰਦਾ ਤਾਂ ਇਹਦੇ ਵਿੱਚ ਇਲੈਕਸ਼ਨ ਕਮਿਸ਼ਨ ਦਾ ਵੱਡਾ ਹੱਥ ਹੈ। ਅਜਿਹੇ ਵਿੱਚ ਜੇ ਇਲੈਕਸ਼ਨ ਕਮਿਸ਼ਨ ਦੀਆਂ ਅੰਦਰੂਨੀ ਕਾਰਵਾਈਆਂ ਲੀਕ ਹੋਣੀਆਂ ਸ਼ੁਰੂ ਹੋ ਜਾਣ ਤੇ ਤਰੀਕ ਪਹਿਲਾਂ ਹੀ ਲੀਕ ਹੋ ਜਾਵੇ ਤੇ ਬੀਜੇਪੀ ਦੇ ITSL ਦੇ ਪ੍ਰਧਾਨ ਅਮਿਤ ਮਾਲਵੀਆ ਜੀ ਉਹਦੇ ਤੇ ਟਵੀਟ ਕਰਕੇ ਲੋਕਾਂ ਨੂੰ ਤੇ ਟੀਵੀ ਚੈਨਲਾਂ ਨੂੰ ਤਰੀਕ ਦੱਸ ਦੇਣ ਅਜੇ ਕਿ ਇਲੈਕਸ਼ਨ ਨਹੀਂ ਦਿੱਤੀ, ਤਾਂ ਫਿਰ ਸ਼ੱਕ ਹੋਣ ਲੱਗਦਾ ਹੈ ਉਸ ਗੰਢ ਤੁੱਪ ਦਾ ਜਿਸ ਬਾਰੇ ਪਹਿਲਾਂ ਤੋਂ ਚਰਚਾ ਹੋ ਰਹੀ ਹੈ। ਥੋੜਾ ਜੀ ਜੇ ਇਹ ਕੇਵਲ ਇੱਕ ਇਕੱਲਾ ਇੰਸੀਡੈਂਟ ਹੁੰਦਾ ਤੇ ਸ਼ਾਇਦ ਛੇਤੀ ਹੀ ਇਹ ਨਜ਼ਰ ਗੋਚਰੇ ਨਾ ਵੀ ਆਉਂਦਾ। ਮੁਸ਼ਕਿਲ ਇਹ ਹੈ ਕਿ ਜਿਸ ਕਿਸਮ ਦੇ ਨਾਲ ਇਲੈਕਸ਼ਨ ਕਮਿਸ਼ਨ ਦੀ ਦਹਾਕਿਆਂ ਤੋਂ ਬਣੀ ਹੋਈ ਸਾਖ ਦੇ ਉੱਤੇ ਲਗਾਤਾਰ ਫਟਾਫਟ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ। ਹੁਣੇ ਹੁਣੇ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਬਾਰੇ ਜਿਹੜੇ ਇਲੈਕਸ਼ਨ ਕਮਿਸ਼ਨ ਦਾ ਰਿਕਮੈਂਡੇਸ਼ਨ ਸੀ ਕਿ ਉਹਨਾਂ ਨੂੰ ਡਿਸਕੁਆਲੀਫਾਈ ਕਰ ਦਿੱਤਾ ਜਾਵੇ ਜਿਹਦੇ ਤੇ ਰਾਸ਼ਟਰਪਤੀ ਨੇ ਵੀ ਮੋਹਰ ਲਗਾ ਦਿੱਤੀ ਸੀ, ਉਸ ਨੂੰ ਦਿੱਲੀ ਹਾਈਕੋਰਟ ਨੇ ਚੁੱਕ ਕੇ ਪਰੇ ਮਾਰਿਆ ਤੇ ਇਹ ਕਿਹਾ ਕਿ ਇਲੈਕਸ਼ਨ ਕਮਿਸ਼ਨ ਦਾ ਫੈਸਲਾ ਬੇਹੱਦ ਵੀਸੀਏਟਿਡ ਸੀ ਤੇ ਬੈਡ ਇਨ ਲਾ ਸੀ, ਕਾਨੂੰਨ ਦੇ ਵਿੱਚ ਗਲਤ ਔਰ ਬੁਰਾ ਸੀ ਔਰ ਮੰਦਭਾਵਨਾ ਮੈਂ ਨਹੀਂ ਸ਼ੇਟਿਡ ਨੂੰ ਡਾਇਰੈਕਟਲੀ ਅਸੀਂ ਟ੍ਰਾਂਸਲੇਟ ਕਰ ਸਕਦੇ ਹਾਂ ਕਿ ਬਹੁਤ ਗਲਤ ਕਿਸਮ ਨਾਲ ਲਿਆ ਹੋਇਆ ਫੈਸਲਾ ਦੀ ਐਪਲੀਕੇਸ਼ਨ ਆਫ ਮਾਈਂਡ ਉਹਦੇ ਤੇ ਨਹੀਂ ਹੋਈ ਸੀ। ਉਹਨਾਂ ਨੇ ਫੈਸਲਾ ਇਲੈਕਸ਼ਨ ਕਮਿਸ਼ਨ ਨੂੰ ਵਾਪਸ ਭੇਜਿਆ ਕਿ ਦਿਮਾਗ ਲਗਾ ਕੇ ਦੁਬਾਰਾ ਤੋਂ ਇਹਦੇ ਤੇ ਨਜ਼ਰਸਾਨੀ ਕਰੋ। ਉਸ ਤੋਂ ਪਹਿਲਾਂ ਵੀ ਇਲੈਕਸ਼ਨ ਕਮਿਸ਼ਨ ਤੇ ਬੀਜੇਪੀ ਦੀ ਸਰਕਾਰ ਦੀ ਗੰਢ ਤੁਪ ਦਾ ਚਰਚਾ ਬੜਾ ਆਮ ਰਿਹਾ, ਅਜੇ ਵਿੱਚ ਇਹ ਬਹੁਤ ਜ਼ਰੂਰੀ ਸੀ ਕਿ ਇਲੈਕਸ਼ਨ ਕਮਿਸ਼ਨ ਆਪਣੀ ਸਾਖ ਨੂੰ ਬਰਕਰਾਰ ਰੱਖੇ ਤੇ ਹੁਣ ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਵੱਡੇ ਲੈਵਲ ਦੀ ਇਨਕੁਆਇਰੀ ਆਰਡਰ ਕਰ ਰਹੇ ਹਾਂ। ਕੱਲ ਬਹੁਤ ਐਮਬੈਰੈਸਿੰਗ ਤੁਸੀਂ ਸੀ ਸਾਡੇ ਦੇਸ਼ ਦੇ ਚੀਫ ਇਲੈਕਸ਼ਨ ਕਮਿਸ਼ਨਰ ਲਈ ਰਾਵਤ ਸਾਹਿਬ ਲਈ, ਤੇ ਹੁਣ ਉਹਨਾਂ ਨੂੰ ਇਨਕੁਆਇਰੀ ਆਰਡਰ ਕਰਨੀ ਪੈ ਰਹੀ ਹੈ। ਪਰ ਜੇ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾਵੇ ਤੇ ਲੋਕਾਂ ਦਾ ਇੱਕ ਵਿਸ਼ਵਾਸ ਜਿਹੜਾ ਉਹ ਚੋਣ ਪ੍ਰਕਿਰਿਆ ਵਿੱਚ ਬਣਿਆ ਰਹੇਗਾ। ਜੀ ਬਿਲਕੁਲ ਬਿਲਕੁਲ, ਬਾਕੀ ਕਰਨਾਟਕ ਬਹੁਤ ਵੱਡੀ ਸਟੇਟ ਹੈ ਜੀ, ਉਹ ਆਪਣੇ ਆਪ ਦੇ ਵਿੱਚ ਇੱਕ ਮਹਾਭਾਰਤ ਦੇ ਯੁੱਧ ਦਾ ਐਲਾਨ ਹੈ ਤੇ ਕਾਂਗਰਸ ਦੇ ਕੋਲ ਜੇ ਕਰਨਾਟਕ ਨਾ ਬਚੀ ਤੇ ਮਿਜ਼ੋਰਮ ਦੇ ਉੱਤੇ ਵੀ ਬੀਜੇਪੀ ਦੀ ਬੜੀ ਸਟਰੋਂਗ ਹੱਥ ਹੈ ਤੇ ਫਿਰ ਕੁੱਲ ਮਿਲਾ ਕੇ ਪੂਰੇ ਦੇਸ਼ ਦੇ ਵਿੱਚ ਕਾਂਗਰਸ ਕੋਲ ਇੱਕੋ ਹੀ ਸਟੇਟ ਰਹਿ ਜਾਵੇ ਪੰਜਾਬ। ਜੀ ਬਿਲਕੁਲ, ਉਸ ਤੋਂ ਬਿਨਾਂ ਤਾਂ ਫਿਰ ਇੱਕ ਛੋਟੀ ਜਿਹੀ ਪੌਂਡੀਚੇਰੀ ਰਹਿ ਜਾਏਗੀ ਜੇ ਤੁਸੀਂ ਸੂਬਾ ਕਿੰਨਾ ਚਾਹੁੰਦੇ ਹੋ ਤਾਂ। ਜੀ 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 ਬਿਲਕੁਲ ਬਿਲਕੁਲ, ਪਰ ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਆਦਮੀ ਨੇ ਪਹਿਲਾਂ ਇਲੈਕਸ਼ਨ ਕਮਿਸ਼ਨ ਤੋਂ ਟਵੀਟ ਕਰਤਾ ਸੀਗਾ ਤੇ ਸਮਝੋ ਇਥੋਂ ਇਹ ਗੱਲਾਂ ਸਾਫ਼ ਨੇ ਕਿ ਉੱਥੇ ਵੀ ਕਰਨਾਟਕਾ ਦੇ ਵਿੱਚ ਭਾਵੇਂ ਕਾਂਗਰਸ ਹਾਲ ਦੀ ਘੜੀ ਕਾਬਜ਼ ਹੈ ਉੱਥੇ ਛੁੱਟੀ ਹੋ ਸਕਦੀ ਹੈ, ਕਿਉਂਕਿ ਜਿਹੜਾ ਤਰੀਕਾਂ ਦੇ ਐਲਾਨ ਵੀ ਉਹਨਾਂ ਦੀ ਜ਼ਬਾਨੀ ਪਹਿਲਾਂ ਆਉਂਦੇ ਨੇ ਤਾਂ ਫਿਰ ਸੁਭਾਵਿਕ ਹੈ ਕਿ ਕਾਲਾ ਮਾਲਾ ਜਿਹੜਾ ਵੱਡੇ ਪੱਧਰ ਤੇ ਕੱਲ ਬਲਰਾਜ ਜੀ ਕੱਲ ਸੁਰਖੀਆਂ ਇਹ ਵੀ ਨੇ ਕਿ ਕੱਲ ਜਿਸ ਵੇਲੇ ਅਮਿਤ ਸ਼ਾਹ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਉਹ ਕਹਿਣਾ ਚਾਹੁੰਦੇ ਸੀ ਕਿ ਕਾਂਗਰਸ ਦੇ ਮੁੱਖ ਮੰਤਰੀ ਸੀਤਾ ਰਮਈਆ ਜੀ ਦੀ ਸਰਕਾਰ ਬੜੀ ਕਰਪਟ ਹੈ, ਪਰ ਉਹਨਾਂ ਦੇ ਮੂੰਹੋਂ ਵਾਰ ਵਾਰ ਨਿਕਲ ਰਿਹਾ ਸੀ ਕਿ BS ਯੇਦੁਰੱਪਾ ਜੀ ਸਰਕਾਰ ਬੜੀ ਕਰਪਟ ਹੈ। ਵਿਚਾਰੇ ਯੇਦੁਰੱਪਾ ਜੀ ਉਹਨਾਂ ਦੇ ਨਾਲ ਦੀ ਕੁਰਸੀ ਤੇ ਬੈਠੇ ਸੀ ਤੇ ਦੁਬਾਰਾ ਉਹਨਾਂ ਨੂੰ ਟੋਕ ਠੀਕ ਕਰ ਰਹੇ ਸਨ। ਸੋ ਕੱਲ ਜਿਹੜੇ ਹੰਗਾਮੇ ਹੋਏ ਨੇ ਇਹ ਰੱਬ ਜਾਣੇ ਆਉਣ ਵਾਲੇ ਸਮੇਂ ਦੇ ਕਿਸ ਕਿਸਮ ਦੇ ਸੂਚਕ ਸਾਬਤ ਹੋ ਨਿਬੜਨਗੇ। ਜੀ 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 ਬਿਲਕੁਲ, ਆਪਾਂ ਚੱਲਦੇ ਹਾਂ ਪੰਜਾਬ ਦੇ ਵੱਲ। ਵਿਧਾਨ ਜੇ ਆਪਾਂ ਗੱਲ ਕੀਤੀ ਜਾਏ, ਜਿਹੜਾ ਬਜਟ ਸੈਸ਼ਨ ਚੱਲ ਰਿਹਾ ਸੀਗਾ ਕਾਫੀ ਰੌਲਾ ਰੁਪਏ ਦੀ ਭੇਟ ਜਿਹੜਾ ਉਹ ਚੜ ਗਿਆ, ਖੈਰ ਇਹਦੇ ਵਿੱਚ ਕੋਈ ਹੁਣ ਸ਼ੱਕ ਨਹੀਂ ਰਿਹਾ ਹੈਗਾ, ਜੇ ਭਾਵੇਂ ਸਾਡੀ ਸੰਸਦ ਹੋਏ ਭਾਵੇਂ ਕੁਛ ਵੀ ਹੋਏ ਜਿੱਥੇ ਮੰਤਰੀ ਚਾਰ ਇਕੱਠੇ ਹੁੰਦੇ ਨੇ ਉੱਥੇ ਰੌਲਾ ਰੱਪਾ ਸੁਭਾਵਿਕ ਹੈ, ਕਿਉਂਕਿ ਕੰਮ ਦੀਆਂ ਗੱਲਾਂ ਜਿਹੜੀਆਂ ਨੇ ਉਹ ਘੱਟ ਤੇ ਰੌਲਾ ਜਿਹੜਾ ਜਾਂ ਕੁਝ ਐਵੇਂ ਮੁੱਦੇ ਜਿਹੜੇ ਨੇ ਉਹ ਉਛਾਲੇ ਜਾਂਦੇ ਨੇ। ਸੋ ਜੇ ਆਪਾਂ ਗੱਲ ਕਰੀਏ ਪੰਜਾਬ ਸਰਕਾਰ ਦੀ ਤਾਂ ਕੱਲ ਦੋ ਵੱਡੇ ਫੈਸਲੇ ਜਿਹੜੇ ਆ ਉਹ ਲਏ ਗਏ ਆ। ਇੱਕ ਤਾਂ ਇਹ ਕਿ ਟਰੱਕਾਂ ਤੇ ਬੱਸਾਂ ਦੇ ਜਿਹੜੇ ਪਰਮਿਟ ਨੇ ਉਹ ਫੇਰ ਤੋਂ ਦੁਬਾਰੇ ਜਿਹੜੇ ਨੇ ਉਹ ਚਾਲੂ ਕੀਤੇ ਜਾਣਗੇ, ਐਂਡ ਦੂਸਰਾ ਉਹਨਾਂ ਨੇ ਕਿਹਾ ਕਿ ਵਿਦਿਆਰਥੀ ਚੋਣਾਂ ਜਿਹੜੀਆਂ ਨੇ ਹੋਣੀਆਂ ਚਾਹੀਦੀਆਂ ਨੇ, ਭਾਵੇਂ ਕਿ ਖਬਰਾਂ ਇਹ ਵੀ ਉੱਡਦੀਆਂ ਆ ਰਹੀਆਂ ਨੇ ਕੁਝ ਵਿਦਿਆਰਥੀ ਜਥੇਬੰਦੀਆਂ ਇਸ ਚੀਜ਼ ਦਾ ਵਿਰੋਧ ਵੀ ਕਰ ਰਹੀਆਂ ਨੇ, ਕੀ ਤੁਹਾਡੀ ਰਾਏ ਇਸ ਬਾਰੇ? ਦੇਖੋ ਲਾਜ਼ਮੀ ਜਿਹੜਾ ਪੋਲੀਟੀਕਲ ਪਾਰਟੀਆਂ ਤੇ ਵਿਦਿਆਰਥੀ ਜਥੇਬੰਦੀਆਂ ਨੇ ਇਸ ਦਾ ਭਰਪੂਰ ਸਵਾਗਤ ਕੀਤਾ ਔਰ ਇੱਕ ਵੱਡੇ ਲੈਵਲ ਦੇ ਉੱਤੇ ਇਹ ਲੰਬੇ ਸਮੇਂ ਦਾ ਡਿਮਾਂਡ ਸੀ। ਦੇਖੋ ਅਸੀਂ ਬੜੀ ਦੇਰ ਤੋਂ ਇਸ ਗੱਲ ਦਾ ਗਿਲਾ ਕਰ ਰਹੇ ਹਾਂ
ਕਿ ਸਾਡਾ ਨੌਜਵਾਨ ਨੂੰ ਰਾਜਨੀਤੀ ਦੇ ਨਾਲ ਜੁੜਨਾ ਚਾਹੀਦਾ, ਪਰ ਨੌਜਵਾਨ ਕੋਲ ਰਾਜਨੀਤੀ ਦੇ ਨਾਲ ਜੁੜਨ ਦੇ ਅਸੀਂ ਕਿਹੜੇ ਰਸਤੇ ਰੱਖੇ ਨੇ? ਪੋਲੀਟੀਕਲ ਪਾਰਟੀਆਂ ਦੀ ਨਵੀਂ ਲੀਡਰਸ਼ਿਪ ਕਿੱਥੋਂ ਆਵੇਗੀ? ਦੋਹੀ ਤਰੀਕੇ ਨੇ, ਜਾਂ ਤੇ ਤੁਸੀਂ ਸ਼ਰਾਬ ਦੇ ਕਿਸੇ ਲੋਕਲ ਠੇਕੇਦਾਰ ਦੇ ਨਾਲ, ਰੇਤੇ ਦੇ ਕਿਸੇ ਮਾਫੀਏ ਦੇ ਨਾਲ ਮਿੱਤਰਤਾ ਕਰੋ, ਉਸਦੀ ਜਿਪਸੀ ਵਿੱਚ ਚੜ ਜਾਓ, ਆਹਿਸਤਾ ਆਹਿਸਤਾ ਉਸਦੀਆਂ ਨਜ਼ਰਾਂ ਵਿੱਚ ਚੜਨ ਲੱਗੋ, ਤੇ ਫਿਰ ਉਸਦੇ ਆਲੇ ਦੁਆਲੇ ਦੀ ਕੋਠਰੀ ਦਾ ਹਿੱਸਾ ਬਣ ਜਾਓ, ਕਿਸੇ ਦਿਨ ਉਹ ਤੁਹਾਨੂੰ ਕੌਂਸਲਰ ਦੀ ਟਿਕਟ ਦੇ ਦੇਵੇ ਤੇ ਫਿਰ ਸ਼ਾਇਦ ਤੁਸੀਂ MLA ਤੱਕ ਪਹੁੰਚ ਜਾਵੋ। ਦੂਸਰਾ ਇੱਕ ਵਧੀਆ ਤਰੀਕਾ ਇਹ ਸੀ ਕਿ ਮੈਂ ਜਨਮ ਹੀ ਕਿਸੇ MLA ਸਾਹਿਬਾਨ ਦੇ ਘਰ ਲੈਂਦਾ ਜਾਂ MP ਸਾਹਿਬਾਨ ਦੇ ਘਰ ਲੈਂਦਾ, ਆਪਣੀ ਅਗਲੀ ਟਿਕਟ ਜਿਹੜੀ ਹੈ MLA ਜਾਂ MP ਦੀ ਉਹ ਪੱਕੀ ਸਮਝਦਾ। ਕਿਸੇ ਆਮ ਨੌਜਵਾਨ ਲਈ ਤਾਂ ਇਸ ਕਿਸਮ ਦਾ ਹੀ ਇੱਕ ਤਰੀਕਾ ਹੋ ਸਕਦਾ ਕਿ ਸਾਡੇ ਜਿਹੜੇ ਨੌਜਵਾਨ ਨੇ ਖਾਸ ਤੌਰ ਤੇ ਪੜ੍ਹੇ ਲਿਖੇ ਯੂਨੀਵਰਸਿਟੀ ਤੇ ਕਾਲਜਿਸ ਦੇ ਕੈਂਪਸ ਦੇ ਵਿੱਚ, ਉਹ ਜਿਵੇਂ ਸਦਾ ਹੁੰਦਾ ਆਇਆ ਹੈ, ਭਾਵੇਂ ਉਹ ਰੂਸ ਹੋਵੇ, ਭਾਵੇਂ ਅਮਰੀਕਾ ਹੋਵੇ ਤੇ ਭਾਵੇਂ ਹਿੰਦੁਸਤਾਨ ਹੋਵੇ, ਸਾਡੇ ਦੇਸ਼ ਦੀ ਫਰੀਡਮ ਮੂਵਮੈਂਟ ਦੀਆਂ ਵੱਡੀਆਂ ਜਿਹੜੀਆਂ ਲਹਿਰਾਂ ਨੇ ਉਹ ਕਾਲਜ ਤੇ ਯੂਨੀਵਰਸਿਟੀ ਤੇ ਕੈਂਪਸਿਸ ਦੇ ਵਿੱਚੋਂ ਨਿਕਲੀਆਂ ਨੇ। ਇਸ ਦੇਸ਼ ਨੇ ਜੇ ਟੋਟਲ ਰੈਵੋਲੂਸ਼ਨ ਦੇ ਨਾਅਰੇ ਦੇ ਨਾਲ ਜੈ ਪ੍ਰਕਾਸ਼ ਨਾਰਾਇਣ ਦੀ ਲੀਡਰਸ਼ਿਪ ਦੇ ਥੱਲੇ ਇੱਕ ਵੱਡਾ ਰਾਜ ਪਲਟਾ ਐਮਰਜੈਂਸੀ ਤੋਂ ਬਾਅਦ ਇਸ ਦੇਸ਼ ਦੇ ਵਿੱਚ ਲੈ ਆਉਂਦਾ ਸੀ, ਤਾਂ ਉਹ ਸਾਡੀਆਂ ਯੂਨੀਵਰਸਿਟੀਆਂ ਦੇ ਕੈਂਪਸਿਸ ਦੇ ਵਿੱਚੋਂ ਉੱਠੀ ਹੋਈ ਵਿਦਿਆਰਥੀ ਲਹਿਰ ਸੀ। ਰਾਮ ਵਿਲਾਸ ਪਾਸਵਾਨ ਤੇ ਨਿਤੀਸ਼ ਕੁਮਾਰ ਤੇ ਰੂਡੀ ਤੇ ਰਵੀ ਸ਼ੰਕਰ ਪ੍ਰਸਾਦ ਤੇ ਅਰੁਣ ਜੈਤਲੇ, ਇਹ ਸਭ ਇਹਨਾਂ ਹੀ ਲਹਿਰਾਂ ਦੀ ਦੇਣ ਹਨ। ਅਰੁਣ ਜੈਤਲੇ ਐਮਰਜੈਂਸੀ ਦੇ ਵਿੱਚ ਬਕਾਇਦਾ ਜੇਲ੍ਹ ਵਿੱਚ ਰਹੇ ਹਨ। ਰਵੀ ਸ਼ੰਕਰ ਪ੍ਰਸਾਦ ਦਾ ਸੰਘਰਸ਼ ਹੈ, ਲਾਲੂ ਪ੍ਰਸਾਦ ਯਾਦਵ ਆਪ ਜੇਲ੍ਹ ਵਿੱਚ ਰਹੇ ਹਨ, ਉਹਨਾਂ ਦਾ ਇੱਕ ਵੱਡਾ ਸੰਘਰਸ਼ ਹੈ। ਇਸੇ ਤਰ੍ਹਾਂ ਹੀ ਨਿਤੀਸ਼ ਕੁਮਾਰ ਜੀ ਦਾ ਰਿਹਾ। ਸਾਡੇ ਪੰਜਾਬ ਦੇ ਵਿੱਚ ਯੂਨੀਵਰਸਿਟੀ ਤੇ ਕੈਂਪਸ ਦੇ ਵਿੱਚ ਚੰਗੀ ਤੇ ਸੁਚਾਰੂ ਤੇ ਪ੍ਰੋਗਰੈਸ ਪ੍ਰੋਡਕਟਿਵ ਰਾਜਨੀਤੀ ਦੀ ਇੱਕ ਬਹੁਤ ਸ਼ਾਨਾ ਮਤੀ ਲਹਿਰ ਹੈ। ਅਮਰੀਕਾ ਦੇ ਵਿੱਚ ਜੇ ਤੁਸੀਂ ਦੋ ਵੱਡੇ ਰੈਵੋਲੂਸ਼ਨ ਦੇਖੋ, ਜਿਹੜਾ ਸਿਵਲ ਸੋਸਾਇਟੀ ਮੂਵਮੈਂਟ ਹੈ ਉੱਥੇ ਇਹਦੇ ਖਿਲਾਫ, ਕਾਲਿਆਂ ਦੇ ਖਿਲਾਫ ਜਿਹੜਾ ਗਲਤ ਡਿਸਕ੍ਰਿਮੀਨੇਸ਼ਨ ਹੁੰਦੀ ਸੀ ਉਸਦੇ ਖਿਲਾਫ ਜਿਹੜੀ ਮੂਵਮੈਂਟ ਹੈ, ਜਿਹੜੀ ਅਮਰੀਕਨ ਪੋਲੀਟੀਕਲ ਪਾਰਟੀ ਚੋਂ ਡੈਮੋਕਰੇਟਸ ਜਾਂ ਰਿਪਬਲਿਕਨ ਦੇ ਵਿੱਚੋਂ ਨਹੀਂ ਉੱਠੀ ਸੀ, ਉਹ US ਦੀਆਂ ਦੇ ਕੈਂਪਸਿਸ ਦੀ ਦੇਣ ਹੈ ਜਿਸ ਨੂੰ ਪੋਲੀਟੀਕਲ ਪਾਰਟੀ ਨੇ ਬਾਅਦ ਵਿੱਚ ਅਪਣਾਇਆ। ਸੋ ਇਹ ਜਿਹੜੀਆਂ ਮੂਵਮੈਂਟਸ ਨੇ ਇਹਨਾਂ ਨੇ ਯੂਨੀਵਰਸਿਟੀ ਕੈਂਪਸਿਸ ਦੇ ਵਿੱਚੋਂ ਹੀ ਉੱਠਣਾ ਹੁੰਦਾ, ਪਰ ਵਿਦਿਆਰਥੀਆਂ ਦੇ ਰਾਜਨੀਤੀ ਕਰਨ ਦਾ ਸਿਲਸਿਲਾ ਬੰਦ ਕਰ ਦਿੱਤਾ ਗਿਆ। ਸਾਡੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਗੱਲਬਾਤ ਪਲੇਸਮੈਂਟ ਕੈਂਪਾਂ ਬਣੇ ਹੁੰਦੇ, ਉਹਨਾਂ ਨੂੰ ਇੱਕ ਵਾਰੀ ਇਸ ਕਿਸਮ ਦੇ ਨਾਲ ਯੁੱਗ ਪਲਟਾਊ ਤਰੀਕਿਆਂ ਦੇ ਨਾਲ ਸੁਧਾਰਨ ਦੀ ਕੋਈ ਗੱਲਬਾਤ ਨਹੀਂ ਹੁੰਦੀ। ਜੇ ਵਿਦਿਆਰਥੀ ਚੋਣਾਂ ਹੋਣਗੀਆਂ ਤਾਂ ਆਸ ਹੈ ਕਿ ਸਾਡੇ ਵਿਦਿਆਰਥੀਆਂ ਦਾ ਉਸ ਕਿਸਮ ਦਾ ਰਾਜਨੀਤੀਕਰਨ ਹੋਵੇਗਾ ਜਿਸਦਾ ਅਸੀਂ ਗਿਲਾ ਕਰਦੇ ਹਾਂ ਕਿ ਉਹਨੂੰ ਡੀਪੋਲੀਟੀਸਾਈਜ਼ਡ ਗੈਰ ਰਾਜਨੀਤਿਕ ਵਿਦਿਆਰਥੀ ਸਾਡੇ ਪੈਦਾ ਹੋ ਰਹੇ ਨੇ, ਜਿਹੜੇ ਦੇਖੋ ਇੱਕ ਤਾਂ ਇਹ ਹੁੰਦਾ ਕਿ ਤੁਸੀਂ ਪੜ੍ਹਾਈ ਲਿਖਾਈ ਦਾ ਇੱਕ ਮਤਲਬ ਹੈ ਤੇ ਤੁਹਾਨੂੰ ਚੰਗੀ ਨੌਕਰੀ ਮਿਲੇ ਤੇ ਤੁਸੀਂ ਬਹੁਤ ਸਾਰਾ ਪੈਸਾ ਕਮਾਓ ਤੇ ਤਰੱਕੀ ਕਰੋ। ਦੂਜਾ ਅਸੀਂ ਇਹ ਵੀ ਤਾਂ ਚਾਹੁੰਦੇ ਹਾਂ ਨਾ ਕਿ ਪੜ੍ਹ ਲਿਖ ਕੇ ਉਹ ਵਿਅਕਤੀ ਮੇਰਾ ਚੰਗਾ ਗੁਆਂਢੀ ਬਣੇ, ਚੰਗਾ ਬਾਪ ਬਣੇ, ਚੰਗਾ ਨਾਗਰਿਕ ਬਣੇ, ਚੰਗਾ ਵੋਟਰ ਬਣੇ। ਇੱਕ ਅਵੇਅਰ ਸਿਟੀਜ਼ਨਰੀ ਕਿਵੇਂ ਪੈਦਾ ਹੋਵੇਗੀ ਜੇ ਉਹ ਰਾਜਨੀਤੀ ਤੋਂ ਤਲਾਕ ਸ਼ੁਦਾ ਹੋਵੇਗੀ? ਇਸ ਕਰਕੇ ਬੇਹੱਦ ਖੂਬਸੂਰਤ ਗੱਲ ਹੈ। ਔਰ 33-34 ਸਾਲਾਂ ਤੋਂ ਇਹ ਇਲੈਕਸ਼ਨਾਂ ਬੰਦ ਪਈਆਂ ਸਨ, ਬੰਦ ਉਸ ਵੇਲੇ ਕੀ ਕਹਿੰਦੇ ਹਾਂ ਕਿ ਜੀ ਪੰਜਾਬ ਦੇ ਵਿੱਚ ਮਿਲੀਟੈਂਸੀ ਹੈ, ਯੂਨੀਵਰਸਿਟੀਜ਼ ਦੇ ਵਿੱਚ ਮਿਲੀਟੈਂਸੀ ਹੋ ਰਹੀ ਹੈ, ਅਸੀਂ ਵਿਦਿਆਰਥੀ ਇਲੈਕਸ਼ਨਾਂ ਬੰਦ ਕਰ ਦਿੱਤੀਆਂ ਜਾਂ ਹਰਿਆਣੇ ਦੇ ਵਿੱਚ ਵੀ ਬਾਅਦ ਵਿੱਚ ਬੰਦ ਕਰ ਦਿੱਤੀਆਂ ਗਈਆਂ। ਹੁਣ 22 ਸਾਲਾਂ ਤੋਂ ਬਾਅਦ ਹਰਿਆਣੇ ਨੇ 2-4 ਮਹੀਨੇ ਪਹਿਲਾਂ ਦੁਬਾਰਾ ਇਲੈਕਸ਼ਨ ਅਨਾਊਂਸ ਕੀਤੀਆਂ ਨੇ OP ਮਨੋਹਰ ਲਾਲ ਖੱਟਰ ਜੀ ਦੀ ਸਰਕਾਰ ਨੇ। ਇਹ ਚੰਗੀ ਗੱਲ ਹੈ ਕਿ ਅਮਰਿੰਦਰ ਸਿੰਘ ਸਰਕਾਰ ਨੇ ਵੀ ਉਹ ਰਾਹ ਫੜਿਆ ਤੇ ਵਿਦਿਆਰਥੀ ਇਲੈਕਸ਼ਨਾਂ ਨੂੰ ਅਨਾਊਂਸ ਕੀਤਾ। ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਖੱਬੇ ਪੱਖੀ ਪਾਰਟੀਆਂ ਵੀ, CPI, CPM ਤੇ ਹੋਰ ਪ੍ਰੋਗਰੈਸਿਵ ਪਾਰਟੀਆਂ ਨੇ ਵੀ ਇਸ ਦੀ ਬਿਨਾਂ ਸ਼ੱਕ ਇੱਕ ਵੱਡੇ ਲੈਵਲ ਦੇ ਉੱਤੇ ਸਵਾਗਤ ਕੀਤਾ। ਜਿਹੜੇ ਉਹ ਮਾੜੇ ਤਰੀਕੇ ਸੀ ਕਿ ਕੋਈ ਸੁਖਬੀਰ ਬਾਦਲ ਕੋਈ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਬਣਾ ਲਵੇ ਤੇ ਕੋਈ ਕੁਛ ਆਪਣੀਆਂ ਬਣਾ ਲਵੇ, ਕੋਈ ਕੋਈ ਕਾਂਗਰਸ ਆਪਣੀ NSUI ਬਣਾ ਲਵੇ ਤੇ ਉਸ ਤੋਂ ਬਾਅਦ ਵਿਦਿਆਰਥੀ ਇਲੈਕਸ਼ਨਾਂ ਨਾ ਹੋਣ, ਉਹ ਮਾੜੀ ਗੱਲ ਸੀ। ਕੀ ਗੱਲ ਬਣਰਾ ਜੀ, ਮੈਂ ਕੁਇਕਲੀ ਜ਼ਿਕਰ ਕਰਨਾ ਚਾਹੁੰਦਾ, ਮੈਨੂੰ ਪਤਾ ਮੈਂ ਸਮਾਂ ਲੈ ਰਿਹਾ। ਸਿਰਫ ਇਸ ਗੱਲ ਦਾ, ਦੇਖੋ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਤਾਂ ਇਲੈਕਸ਼ਨਾਂ ਲਗਾਤਾਰ ਹੋ ਹੀ ਰਹੀਆਂ ਸਨ, ਅਸੀਂ ਉੱਥੇ ਹਿੰਸਾ ਵੀ ਦੇਖੀ ਹੈ ਤੇ ਪੈਸੇ ਦਾ ਬੇਹੱਦ ਪ੍ਰਚਲਨ ਵੀ ਦੇਖਿਆ। ਜਿਹੜੀਆਂ ਮਾੜੀਆਂ ਗੱਲਾਂ ਸਾਡੀਆਂ ਰਾਜਨੀਤਿਕ ਪਾਰਟੀਆਂ ਤੇ ਉਹਨਾਂ ਦੀਆਂ ਇਲੈਕਸ਼ਨਾਂ ਵਿੱਚ ਨੇ ਦੇਖ ਦੀਆਂ, ਅਸੈਂਬਲੀ ਪਾਰਲੀਮੈਂਟ ਦੀਆਂ, ਉਹੀ ਸਭ ਮਾੜੀਆਂ ਗੱਲਾਂ ਡੀਮੈਰਿਟ ਦੇਣੀਆਂ ਉਹ ਯੂਨੀਵਰਸਿਟੀ ਦੀਆਂ ਇਲੈਕਸ਼ਨਾਂ ਦੇ ਵਿੱਚ ਵੀ ਆ ਰਹੀਆਂ ਨੇ। ਇਸ ਬਹਾਨੇ ਦੇ ਨਾਲ ਇਹ ਕਹਿਣਾ ਕਿ ਇਹ ਨਹੀਂ ਹੋਣੀਆਂ ਚਾਹੀਦੀਆਂ ਸੀ, ਕਿਉਂਕਿ ਤੁਸੀਂ ਜ਼ਿਕਰ ਕੀਤਾ ਕੁਝ ਵਿਦਿਆਰਥੀ ਜਥੇਬੰਦੀਆਂ ਅਪੋਜ਼ ਵੀ ਕਰ ਰਹੀਆਂ ਨੇ, ਮੈਂ ਉਹਨਾਂ ਦਾ ਵਿਊ ਪੁਆਇੰਟ ਵੀ ਸੁਣਨਾ ਜ਼ਰੂਰੀ ਹੈ।
ਜੇ ਇਹ ਡੀਮੈਰਿਟ ਕੈਂਪਸਿਸ ਦੇ ਵਿੱਚ ਨਾ ਆਣ, ਇਹਦਾ ਇਹ ਤਰੀਕਾ ਨਹੀਂ ਹੈ ਕਿ ਅਸੀਂ ਕੈਂਪਸਿਸ ਦੇ ਵਿੱਚ ਇਲੈਕਸ਼ਨਾਂ ਬੰਦ ਕਰ ਦਈਏ, ਫਿਰ ਤਾਂ ਸਾਨੂੰ ਦੇਸ਼ ਦੇ ਵਿੱਚੋਂ ਵੀ ਇਲੈਕਸ਼ਨਾਂ ਬੰਦ ਕਰ ਦੇਣੀਆਂ ਚਾਹੀਦੀਆਂ। ਸੋਹਣਾ ਜਿਹਾ UPSC ਵਾਲੇ ਟੈਸਟ ਲਿਆ ਕਰਨ ਤੇ ਵਧੀਆ ਜਿਹੀਆਂ ਇੰਟਰਵਿਊਆਂ ਲਿਆ ਕਰਨ, ਤੇ ਜਿਹੜਾ ਵਿਦਿਆਰਥੀ ਜਿਹੜਾ ਬਹੁਤ ਯੋਗ ਲੱਗੇ ਉਹਨੂੰ ਪ੍ਰਧਾਨ ਮੰਤਰੀ ਥਾਪ ਦਿਆ ਕਰਨ, ਜਿਹੜੇ ਨੈਕਸਟ ਹੋਣ ਲਿਸਟ ਵਿੱਚ ਉਹਨਾਂ ਨੂੰ ਮੰਤਰੀ ਲਾ ਦਿਆ ਕਰਨ। ਦਰਅਸਲ ਡੈਮੋਕ੍ਰੇਟਿਕ ਬਿੱਲ ਦੀ ਮੈਨੀਫੈਸਟੇਸ਼ਨ ਜਿਹੜੀ ਹੈ ਉਹ ਸਿਰਫ ਵਾਈਡਰ ਇਲੈਕਸ਼ਨਾਂ ਦੁਆਰਾ ਹੀ ਹੋ ਸਕਦੀ ਹੈ। ਨੌਜਵਾਨਾਂ ਦੇ ਰਾਜਨੀਤੀ ਨਾਲ ਜੁੜਨ ਦੇ ਸਾਰਥਕ ਆਯਾਮ ਇਹਦੇ ਨਾਲ ਤੈਅ ਹੋਣਗੇ ਤੇ ਸਾਡਾ ਨੌਜਵਾਨ ਆਪਣੇ ਬਾਰੇ ਸੋਚੇਗਾ। ਮੈਨੂੰ ਤੇ ਕਿਸੇ ਯੂਨੀਵਰਸਿਟੀ ਦੀ ਰੂਹ ਜਾਗਦੀ ਉਸੇ ਵੇਲੇ ਦਿਖਾਈ ਦਿੰਦੀ ਹੈ ਜੇ ਮੈਂ ਵਿਦਿਆਰਥੀਆਂ ਦੇ ਸਮੂਹ ਨੂੰ ਹੱਥ ਵਿੱਚ ਤਖ਼ਤੀਆਂ ਲਈ ਜ਼ਿੰਦਾਬਾਦ ਮੁਰਦਾਬਾਦ ਕਰਦਿਆਂ ਇਹ ਕਹਿੰਦਿਆਂ ਦੇਖਦਾ ਕਿ ਸਿੱਖਿਆ ਤੇ ਸਿਹਤ ਵਿੱਚੋਂ ਭਗੌੜੀ ਸਰਕਾਰ ਮੁਰਦਾਬਾਦ, ਤਾਂ ਮੈਨੂੰ ਲੱਗਦਾ ਸਾਡੇ ਵਿਦਿਆਰਥੀ ਆਪਣਾ ਜੀਵਨ ਨੂੰ ਸੁਧਾਰਨ ਲਈ ਰੈਜ਼ਿਸਟੈਂਸ ਦੀ ਇੱਕ ਪੋਲੀਟਿਕਸ ਨੂੰ ਸਿੱਖ ਰਹੇ ਨੇ, ਤੇ ਫਿਰ ਸਾਡੇ ਇਹ ਚੰਗੇ ਵੋਟਰ ਵੀ ਬਣਨਗੇ ਤੇ ਚੰਗੇ ਨਾਗਰਿਕ ਵੀ ਬਣਨਗੇ। ਵਿਦਿਆਰਥੀ ਯੂਨੀਅਨਾਂ ਦੀਆਂ ਇਲੈਕਸ਼ਨਾਂ ਸਾਨੂੰ ਉਸ ਪਾਸੇ ਵੱਲ ਤੋਰਨ ਤੇ ਸਮਾਜ ਦੇ ਵਿੱਚ ਹੁੰਦੀ ਰਾਜਨੀਤੀ ਤੇ ਉਸ ਤੋਂ ਬਾਅਦ ਸੁਚਾਰੂ ਰੂਪ ਨਾਲ ਇਨਫੋਰਮ ਤਰੀਕੇ ਨਾਲ ਜਿਹੜੀ ਰਾਜਨੀਤੀ ਹੈ ਦੋਨਾਂ ਦੇ ਵਿੱਚ ਇੱਕ ਸੁਮੇਲ ਪੈਦਾ ਕਰਾਂ, ਇਹਦਾ ਮੈਨੂੰ ਲੱਗਦਾ ਇੱਕ ਚੰਗੀ ਸ਼ੁਰੂਆਤ ਹੋ ਸਕਦੀਆਂ ਨੇ। ਜੀ 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 ਬਿਲਕੁਲ। ਤੇ ਅਗਲੀ ਗੱਲ ਕਰੀਏ ਤਾਂ ਬਜਟ ਸੈਸ਼ਨ, ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦੇ ਵਿੱਚ ਕੀ ਕੁਝ ਸਾਵਾਂ ਜਿਹੜਾ ਉਹ ਰਿਹਾ, ਕੀ ਕੁਝ ਚੰਗਾ ਰਿਹਾ ਤੇ ਕੀ ਕੁਝ ਗੱਲਾਂ ਜਿਹੜੀਆਂ ਨੇ ਉਹ ਲੋਕਾਂ ਨੂੰ ਬਹੁਤ ਜ਼ਿਆਦਾ ਖਲੀਆਂ ਚੰਗੀਆਂ ਨਹੀਂ ਲੱਗੀਆਂ? ਦੇਖੋ ਇੱਕ ਬਲਰਾਜ ਚੌਧਰੀ ਜੀ, ਇਹ ਮਾੜੀ ਗੱਲ ਹੋ ਰਹੀ ਹੈ ਕਿ ਇੱਕ ਲੰਬੇ ਸਮੇਂ ਤੋਂ ਜਿਹੜੀਆਂ ਸਾਡੀਆਂ ਲੈਜਿਸਲੇਟਿਵ ਬੋਡੀਜ਼ ਨੇ, ਚਾਹੇ ਉਹ ਅਸੈਂਬਲੀ ਹੋਵੇ ਚਾਹੇ ਪਾਰਲੀਮੈਂਟ ਹੋਵੇ, ਉੱਥੇ ਬਾਰੀਕ ਤੇ ਇਨਫੋਰਮ ਡਿਬੇਟ ਦੀ ਜਿਹੜੀ ਪ੍ਰਥਾ ਹੈ ਉਹ ਖਤਮ ਹੁੰਦੀ ਜਾ ਰਹੀ ਹੈ, ਤੇ ਅਸੈਂਬਲੀ ਇਲੈਕਸ਼ਨ ਦੇ ਵਿੱਚ ਵਾਕਆਊਟ, ਨਾਰੇਬਾਜ਼ੀ, ਦੂਸ਼ਣਬਾਜ਼ੀ, ਗਾਲੀ ਗਲੋਚ ਤੇ ਅਜਬ ਗਜਬ ਕਿਸਮ ਦੀ ਸ਼ਬਦਾਵਲੀ। ਕੋਈ ਕਿਸੇ ਨੂੰ ਬਲੂੰਦਾ ਕਹਿ ਰਿਹਾ ਤੇ ਕੋਈ ਕਿਸੇ ਨੂੰ ਮੀਸਣਾ ਕਹਿ ਰਿਹਾ, ਕੋਈ ਦੂਸਰੇ ਨੂੰ ਗਾਲ ਤੱਕ ਕੱਢ ਰਿਹਾ। ਇਹਨਾਂ ਚੀਜ਼ਾਂ ਦਾ ਪ੍ਰਚਲਨ ਇੰਨਾ ਆਮ ਹੋ ਗਿਆ ਕਿ ਮੈਨੂੰ ਜਾਪਦਾ ਹੌਲੀ ਹੌਲੀ ਇਹ ਸੁਰਖੀਆਂ ਵੀ ਨਹੀਂ ਰਹਿਣਗੀਆਂ। ਇੱਕ ਅੱਧਾ ਦਿਨ ਸਾਨੂੰ ਇਹ ਡਿਸਕਸ ਕਰਨਾ ਪੈ ਜਾਂਦਾ ਕਿ ਨਵਜੋਤ ਸਿੱਧੂ ਤੇ ਚਰਨਜੀਤ ਚੰਨੀ ਨੇ ਇੱਕ ਦੂਸਰੇ ਨੂੰ ਕੀ ਕਹਿ ਦਿੱਤਾ, ਤੇ ਇੱਕ ਦਿਨ ਇਹ ਹੋ ਜਾਂਦਾ ਕਿ ਸੁਖਬੀਰ ਬਾਦਲ ਹੋਰਾਂ ਨੇ ਹੁਣ ਮਨਪ੍ਰੀਤ ਬਾਦਲ ਨੂੰ ਕਿਹਾ ਕਿ ਤੂੰ ਕਵੀ ਜ਼ਿਆਦਾ ਹੈ ਤੇ ਮੰਤਰੀ ਘੱਟ ਹੈ। ਮੈਨੂੰ ਲੱਗਦਾ ਇਸ ਤੋਂ ਬਚ ਕੇ ਇਹਨਾਂ ਲੋਕਾਂ ਦਾ ਕੰਮ ਹੈ, ਇਹ ਹੈਗੇ ਨੇ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ MLA, ਇਹ ਥੋੜੀ ਜਿਹੀ ਲੈਜਿਸਲੇਟਿਵ ਐਕਸਰਸਾਈਜ਼ ਨਹੀਂ ਕਰ ਲਿਆ ਕਰਨ। ਕਾਨੂੰਨ ਘੜਦੀ ਸਭਾ ਦੇ ਮੈਂਬਰ ਨੇ, ਕਾਨੂੰਨ ਘੜਦੇ ਕਿਤੇ ਦਿਖਾਈ ਨਹੀਂ ਦਿੰਦੇ, ਘਟੀਆ ਸ਼ਬਦਾਵਲੀ ਤੇ ਦੂਸ਼ਣਬਾਜ਼ੀ ਘੜਦੇ ਹੀ ਸੁਣਾਈ ਦਿੰਦੇ ਨੇ, ਇਸ ਚੀਜ਼ ਤੋਂ ਬਚਣਾ ਚਾਹੀਦਾ। ਜਿਸ ਵੇਲੇ ਵੀ ਮੈਨੂੰ ਕੱਲ ਖਤਮ ਹੋਇਆ ਅਸੈਂਬਲੀ ਸੈਸ਼ਨ ਤੇ ਅੱਜ ਅਖਬਾਰਾਂ ਦੇ ਵਿੱਚ ਉਹਦਾ ਜ਼ਿਕਰ ਹੈ, ਤੁਸੀਂ ਦੇਖਣਾ ਕੱਲ ਜਿਸ ਵੇਲੇ ਐਨਾਲਿਸਿਸ ਛਪੇਗਾ, ਸਵੇਰੇ ਵੀ ਤੁਸੀਂ ਕਿਸੇ ਸਾਥੀ ਸੀਨੀਅਰ ਪੱਤਰਕਾਰ ਨਾਲ ਗੱਲ ਕਰੋਗੇ ਤਾਂ ਉਹ ਤੁਹਾਨੂੰ ਇਹੀ ਦੱਸਣਗੇ ਕਿ ਅਸੈਂਬਲੀ ਦੇ ਐਨਾਲਿਸਿਸ ਲਗਾਤਾਰ ਇਹ ਕਹਿ ਰਹੇ ਨੇ ਕਿ ਸਾਡਾ ਡਿਬੇਟ ਦਾ ਪੱਧਰ ਗਿਰਦਾ ਜਾ ਰਿਹਾ। ਜਿਹੜੇ ਨੌਜਵਾਨਾਂ ਨੂੰ ਅਸੀਂ ਰਾਜਨੀਤੀ ਨਾਲ ਜੁੜਨ ਦੀ ਗੱਲ ਕਰ ਰਹੇ ਹਾਂ, ਉਹ ਹਰ ਰੋਜ਼ ਇਹਨਾਂ ਅਸੈਂਬਲੀ ਚੋਂ ਕੀ ਸਬਕ ਸਿੱਖਦੇ ਨੇ? ਕੁਝ ਗੱਲਾਂ ਮਹੱਤਵਪੂਰਨ ਹੋਈਆਂ ਨੇ ਜਿਹਨਾਂ ਦਾ ਨੋਟਿਸ ਲੈਣਾ ਬਣਦਾ। ਇੱਕ ਤੇ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਰੋਕਣ ਲਈ ਬੜੇ ਜ਼ੋਰ ਸ਼ੋਰ ਦੇ ਨਾਲ ਸਪੈਸ਼ਲ ਟਾਸਕ ਫੋਰਸ ਬਣਾਈ ਗਈ ਸੀ IPS ਅਫੀਸਰ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਦੀ ਨਿਗਰਾਨੀ ਹੇਠ, ਤੇ ਇਹ ਕਿਹਾ ਗਿਆ ਸੀ ਕਿ ਉਹ ਸਿੱਧੇ ਮੁੱਖ ਮੰਤਰੀ ਸਾਹਿਬ ਨੂੰ ਰਿਪੋਰਟ ਕਰਨਗੇ। ਹੁਣ ਉਹਨਾਂ ਦੇ ਪਰ ਕੱਟ ਦਿੱਤੇ ਗਏ ਨੇ ਤੇ ਉਹਨਾਂ ਨੂੰ ਦੁਬਾਰਾ DGP ਸੁਰੇਸ਼ ਅਰੋੜਾ ਜੀ ਦੇ ਥੱਲੇ ਭੇਜ ਦਿੱਤਾ ਗਿਆ, ਤੇ ਇਹ ਐਲਾਨ ਜਿਹੜਾ ਉਹ ਕੱਲ ਪੰਜਾਬ ਦੀ ਅਸੈਂਬਲੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤਾ ਗਿਆ। ਮੈਨੂੰ ਲੱਗਦਾ ਇਹ ਇੰਡੀਕੇਟ ਕਰਦਾ ਕਿ ਰਾਜਨੀਤੀ ਸਾਡੀ ਉਸ ਕਿਸਮ ਦੇ ਨਾਲ ਕਰਵਟ ਲੈ ਰਹੀ ਹੈ, ਬਦਲ ਰਹੀ ਹੈ। ਕੁਝ ਹੋਰ ਜਿਹੜੇ ਛੋਟੇ ਐਲਾਨਾਂ ਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਕੈਪਟਨ ਸਰਕਾਰ ਨੇ ਕਿਹਾ, ਕੈਪਟਨ ਸਾਹਿਬ ਨੇ ਖੁਦ ਇਹ ਕਿਹਾ ਕਿ ਜਿਹੜੇ ਬੱਸਾਂ ਟਰੱਕਾਂ ਦੇ ਪਰਮਿਟ ਗਲਤ ਦਿੱਤੇ ਗਏ ਸੀ ਉਹ ਅਸੀਂ ਹੁਣ ਰੱਦ ਕਰ ਦਿਆਂਗੇ ਤੇ ਦੁਬਾਰਾ ਪਰਮਿਟ ਦਿਆਂਗੇ। ਮੈਨੂੰ ਜਾਪਦਾ ਕਿਉਂਕਿ ਉਹ ਲਗਾਤਾਰ ਉਹਨਾਂ ਤੇ ਇੱਕ ਪ੍ਰੈਸ਼ਰ ਆ ਰਿਹਾ ਨਵਜੋਤ ਸਿੱਧੂ ਅਤੇ ਹੋਰਨਾਂ ਵੱਲੋਂ ਕਿ ਬਿਕਰਮਜੀਤ ਮਜੀਠੀਆ ਤੇ ਅਕਾਲੀ ਦਲ ਦੇ ਹੋਰ ਵੱਡੇ ਘੁਲਾਟੀਆਂ ਦੇ ਖਿਲਾਫ਼ ਜਿਹੜਾ ਐਕਸ਼ਨ ਲੈਣਾ ਚਾਹੀਦਾ ਸੀ, ਜਿਸ ਬਾਰੇ ਗੱਲ ਕਰਕੇ ਤੇ ਵਾਅਦਾ ਕਰਕੇ ਉਹ ਲੋਕ ਸੱਤਾ ਵਿੱਚ ਆਏ ਸਨ, ਉਹ ਨਹੀਂ ਲਿਆ ਗਿਆ। ਤੇ ਕੈਪਟਨ ਸਾਹਿਬ ਦੀ ਛਵੀ ਲਗਾਤਾਰ ਅਜੇ ਲੀਡਰ ਦੇ ਤੌਰ ਤੇ ਪ੍ਰੋਜੈਕਟ ਕੀਤੀ ਜਾ ਰਹੀ ਹੈ, ਜਿਹੜੇ ਵੀਕ ਦਿਖਾਈ ਦਿੰਦੇ ਨੇ ਉਹਨਾਂ ਦੇ ਆਲੇ ਦੁਆਲੇ ਦੇ ਜਿਹੜੇ ਨੇਤਾ ਨੇ ਛੋਟੇ ਉਹ ਜ਼ਿਆਦਾ ਤਕੜੇ ਦਿਖਾਈ ਦਿੰਦੇ ਨੇ। 40 MLA ਨੇ ਤਾਂ ਲਿਖ ਕੇ ਦਿੱਤਾ ਉਹਨਾਂ ਨੂੰ ਕਿ ਬਿਕਰਮਜੀਤ ਮਜੀਠੀਆ ਨੂੰ ਅਰੈਸਟ ਕੀਤਾ ਜਾਵੇ ਤੇ ਐਕਸ਼ਨ ਲਿਆ ਜਾਵੇ, ਤੇ ਇਹ ਮੁੱਖ ਮੰਤਰੀ ਦੀ ਅਥਾਰਿਟੀ ਨੂੰ ਚੈਲੰਜ ਆ। ਮੈਨੂੰ ਲੱਗਦਾ ਮੁੱਖ ਮੰਤਰੀ
ਅਸੀਂ ਉਸ ਨੂੰ ਥੋੜਾ ਜਿਹਾ ਰਿਪੇਅਰ ਕਰ ਰਹੇ ਨੇ ਅਜਿਹੀਆਂ ਗੱਲਾਂ ਕਹਿ ਕੇ। ਬਾਕੀ ਇਹ ਹੈ ਕਿ ਆਪੋਜੀਸ਼ਨ ਨੇ ਜਿਸ ਕਿਸਮ ਦੇ ਸਵਾਲ ਉਠਾਏ ਨੇ ਕਿ ਜਿਹੜੇ ਤੁਸੀਂ ਬਜਟ ਦੇ ਵਿੱਚ ਵਾਅਦੇ ਕੀਤੇ ਨੇ ਉਹ ਪੈਸੇ ਕਿੱਥੇ ਨੇ ਤੇ ਤੁਸੀਂ ਖਾਤਾ ਕਿੱਥੋਂ ਸਾਨੂੰ ਦਿਖਾ ਕਿਉਂ ਨਹੀਂ ਰਹੇ, ਉਹ ਮੈਨੂੰ ਲੱਗਦਾ ਬੜੀ ਖੂਬਸੂਰਤ ਗੱਲ ਹੈ। ਸੋ ਜਿਹੜਾ ਆਪੋਜੀਸ਼ਨ ਨੇ ਇਹ ਸਵਾਲ ਚੁੱਕੇ ਨੇ ਕਿ ਬਜਟ ਦੇ ਵਿੱਚ ਜਿਹੜੇ ਵੱਡੇ ਪ੍ਰੋਮਿਸ ਕੀਤੇ ਗਏ ਨੇ ਇਸ ਲਈ ਪੈਸੇ ਕਿੱਥੋਂ ਆਉਣਗੇ, ਜੇ ਇਸ ਦਾ ਜਵਾਬ ਥੋੜਾ ਜ਼ਿਆਦਾ ਤਸੱਲੀ ਬਖਸ਼ ਕੈਪਟਨ ਅਮਰਿੰਦਰ ਸਿੰਘ ਦਿੰਦੇ ਤਾਂ ਇਹ ਬਿਹਤਰ ਹੁੰਦਾ। ਇਹ ਵੀ ਕਿ ਪਿਛਲੇ ਬਜਟ ਦੇ ਵਿੱਚ 1500 ਕਰੋੜ ਰੁਪਏ ਕਿਸਾਨਾਂ ਤੇ ਕਰਜ਼ਾ ਮਾਫੀ ਲਈ ਰੱਖੇ ਗਏ ਸਨ, ਸਾਨੂੰ ਜਾਪਦਾ ਸੀ ਇਹ ਘੱਟ ਨੇ, ਖਰਚ ਉਹ ਕੇਵਲ 370 ਕਰੋੜ ਰੁਪਏ ਹੀ ਕਰ ਪਾਏ। ਇਹ ਉਸ ਵੇਲੇ ਹੈ ਜਿਸ ਵੇਲੇ ਸਰਕਾਰ ਜ਼ੋਰ ਸ਼ੋਰ ਨਾਲ ਇੱਕ ਇਸ ਪਾਸੇ ਨੂੰ ਤੁਰੀ ਸੀ ਤੇ ਕਰਜ਼ੇ ਮਾਫੀ ਲਈ ਬੜੀਆਂ ਸਟੇਜਾਂ ਲੱਗ ਰਹੀਆਂ ਸੀ। ਜੇ ਉਸ ਵੇਲੇ ਵੀ 1500 ਕਰੋੜ ਰੁਪਏ ਦੇ ਵਿੱਚੋਂ 370 ਕਰੋੜ ਰੁਪਏ ਖਰਚ ਹੋ ਪਾਏ ਹਨ ਤਾਂ ਹੁਣ ਪੂਰੇ ਸਾਲ ਲਈ ਲਗਭਗ 4200 ਕਰੋੜ ਰੁਪਏ ਰੱਖੇ ਹਨ, ਉਹਦੇ ਵਿੱਚ ਕਾਰਗੁਜ਼ਾਰੀ ਕਿਵੇਂ ਰਹੇਗੀ ਤੇ ਕਿਸਾਨਾਂ ਦਾ ਉਹ ਕਰਜ਼ਾ ਕਿਵੇਂ ਮਾਫ਼ ਹੋਵੇਗਾ। ਔਰ ਵੱਡੀ ਗੱਲ ਜਿਹੜਾ ਫੇਲ ਹੈ ਮੈਨੂੰ ਜਾਪਦਾ ਜਿਹਦਾ ਜ਼ਿਕਰ ਸੁਖਬੀਰ ਬਾਦਲ ਹੋਰੀ ਵੀ ਨਹੀਂ ਕਰ ਰਹੇ, ਉਹ ਇਹ ਹੈ ਕਿ ਇਹ ਗੱਲਾਂ ਕਹਿਣੀਆਂ ਕਿ 90,000 ਕਰੋੜ ਦਾ ਕਰਜ਼ਾ ਮਾਫ਼ ਕਰਨਾ ਸੀ ਜੀ, ਤੁਸੀਂ ਕੇਵਲ 4200 ਕਰੋੜ ਦਾ ਕਰਜ਼ਾ ਮਾਫ਼ ਕੀਤਾ ਹੈ। ਬਿਓਂਡ ਇਸ ਦੇ ਇਹ ਪ੍ਰੋਮਿਸ ਅਕਾਲੀ ਦਲ ਦਾ ਬਿਲਕੁਲ ਨਹੀਂ ਹੈ ਕਿ ਜਦੋਂ ਉਹਨਾਂ ਦੀ ਸਰਕਾਰ ਆ ਜਾਏਗੀ ਜੇ ਆਈ ਤਾਂ ਉਹ ਫਿਰ ਅਜਿਹਾ ਕਰਨਗੇ ਜਿਸ ਦੀ ਡਿਮਾਂਡ ਉਹ ਕੈਪਟਨ ਅਮਰਿੰਦਰ ਸਿੰਘ ਤੋਂ ਕਰ ਰਹੇ ਨੇ। ਸੋ ਇੱਕ ਗੱਲ ਜ਼ਾਹਿਰ ਹੈ ਕਿ ਬੜਾ ਲਿਮਿਟਿਡ ਜਿਹਾ ਕਰਜ਼ਾ ਮਾਫ਼ ਹੋਵੇਗਾ, ਇੱਕ ਵੱਡੀ ਗੱਲ ਪੰਜਾਬ ਇਸ ਬਜਟ ਦੇ ਵਿੱਚ ਇਹ ਆ, ਪ੍ਰੋਮਿਸ ਇਹ ਆ ਔਰ ਬੜੀ ਖੂਬਸੂਰਤ ਪ੍ਰੋਮਿਸ ਸੀ ਕਿ ਨੈਸ਼ਨਲ ਹੈਲਥ ਮਿਸ਼ਨ ਦਾ ਜਿਹੜਾ ਬਜਟ ਹੈ ਉਹ 13% ਵੱਧ ਗਿਆ ਤੇ ਹੈਲਥ ਦਾ ਟੋਟਲ 4500 ਕਰੋੜ ਦੇ ਨੇੜੇ ਤੇੜੇ ਹੈ। ਪਰ ਤੁਸੀਂ ਵੇਖਿਆ ਕਿ ਇਹਦੇ ਤੇ ਨਾ ਬਹੁਤ ਜ਼ਿਆਦਾ ਚਰਚਾ ਆਪੋਜੀਸ਼ਨ ਨੇ ਕੀਤੀ ਹੈ ਤੇ ਨਾ ਹੀ ਰੂਲਿੰਗ ਪਾਰਟੀ ਨੇ ਇਹਨੂੰ ਵੱਡੀ ਅਚੀਵਮੈਂਟ ਦੇ ਤੌਰ ਤੇ ਉਭਾਰਿਆ। ਉੱਥੋਂ ਫਿਰ ਇਹ ਸ਼ੱਕ ਪੈਣ ਲੱਗਦਾ ਕਿ ਇਹ ਸਭ ਬਜਟ ਦੀਆਂ ਫਿਗਰ ਵੀ ਹੈ ਤੇ ਜ਼ਮੀਨ ਤੇ ਕੁਝ ਨਹੀਂ ਬਦਲੇਗਾ। ਜੇ ਮੈਂ ਗਲਤ ਸਾਬਤ ਹੋਵਾਂ ਤੇ ਬਲਰਾਜ ਪੰਨੂ ਜੀ ਮੈਂ ਆਪਣੇ ਆਪ ਨੂੰ ਵਧਾਈ ਦਿਆਂਗਾ ਕਿ ਪੰਜਾਬ ਲਈ ਕੁਝ ਚੰਗਾ ਹੋਇਆ, ਮੈਨੂੰ ਇਹਦਾ ਜਿਹੜਾ ਆਸਾਰ ਹੈ ਉਹ ਘੱਟ ਹੀ ਜਾਪਦਾ। ਜੀ 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 ਬਿਲਕੁਲ। ਦੂਸਰੇ ਪਾਸੇ ਜੇ ਮੈਂ ਗੱਲ ਕਰਾਂ ਤਾਂ ਮਨਪ੍ਰੀਤ ਬਾਦਲ ਨੂੰ ਕਦੀ ਸਮਾਂ ਹੁੰਦਾ ਸੀ ਜਦੋਂ ਮਨਪ੍ਰੀਤ ਬਾਦਲ ਦੇ ਲਈ ਤਾਰੀਫ ਜਿਹੜੀ ਸੀਗੀ ਉਹ ਹਰੇਕ ਇਨਸਾਨ ਦੇ ਮੂੰਹੋਂ ਜਿਹੜੀ ਸੀ ਨਿਕਲਦੀ ਸੀਗੀ, ਪਰ ਹੁਣ ਤਾਂ ਇਹਨਾਂ ਦੇ ਆਪਣੇ ਨੁਮਾਇੰਦਿਆਂ ਨੇ ਹੀ ਮਨਪ੍ਰੀਤ ਬਾਦਲ ਨੂੰ ਜਿਹੜਾ ਉਹ ਘੇਰ ਰੱਖਿਆ। ਮਨਪ੍ਰੀਤ ਬਾਦਲ ਵਾਕਈ ਹੀ ਉਹਦੇ ਡਿਸੀਜ਼ਨ ਦੇ ਉੱਤੇ ਕੋਈ ਨਾ ਕੋਈ ਸ਼ੱਕ ਹੈ ਜਾਂ ਜਿਵੇਂ ਵਿਰੋਧੀ ਧਿਰ ਹੁੰਦੀ ਹੈ ਜਾਂ ਆਮ ਲੋਕ ਹੁੰਦੇ ਨੇ ਉਹਨਾਂ ਨੂੰ ਐਂ ਲੱਗਦਾ ਕਿ ਮਨਪ੍ਰੀਤ ਬਾਦਲ ਜਿਹੜਾ ਜੋ ਕੁਛ ਕਰਨਾ ਚਾਹੀਦਾ ਸੀ ਉਹ ਕਰ ਨਹੀਂ ਸਕਿਆ, ਜੋ ਪਾਵਰ ਉਹਦੇ ਹੱਥ 'ਚ ਆ ਉਹ ਕਰ ਨਹੀਂ ਰਿਹਾ ਹੈਗਾ। ਤੁਹਾਡਾ ਕੀ ਨਜ਼ਰੀਆ ਮਨਪ੍ਰੀਤ ਬਾਦਲ ਦੇ ਬਾਰੇ? ਸਾਡੇ ਬੜੇ ਸੀਨੀਅਰ ਪੱਤਰਕਾਰੀ ਦੇ ਵਿੱਚ ਐਡੀਟਰ ਤੇ ਬਾਅਦ ਵਿੱਚ ਹਿੰਦੁਸਤਾਨ ਦੇ ਵੱਡੇ ਮੰਤਰੀ ਰਹੇ ਅਰੁਣ ਸ਼ੋਰੀ ਜੀ ਇੱਕ ਗੱਲ ਬੜੀ ਖੂਬਸੂਰਤ ਕਹਿੰਦੇ ਨੇ ਕਿ ਜਦੋਂ ਕਿਸੇ ਨੇਤਾ ਦੀ ਅਚਾਨਕ ਬਹੁਤ ਜ਼ਿਆਦਾ ਸਿਫਤ ਹੋਣ ਲੱਗ ਪਵੇ ਤਾਂ ਇਹ ਦੇਖੋ ਕਿ ਉਹਦੇ ਵਿਰੋਧੀ ਦਾ ਕੱਦ ਕਿਹੋ ਜਿਹਾ ਹੈ। ਮਨਪ੍ਰੀਤ ਬਾਦਲ ਜੀ ਦੀਆਂ ਸਿਫਤਾਂ ਨੂੰ ਕੇਵਲ ਉਸ ਸੰਦਰਭ ਵਿੱਚ ਦੇਖਿਆ ਜਾ ਸਕਦਾ ਹੈ ਜਿਸ ਵੇਲੇ ਉਸ ਵੇਲੇ ਦਾ ਮੌਜੂਦਾ ਰਜੀਮ ਜਿਹੜੀ ਅਕਾਲੀ ਭਾਜਪਾ ਸਰਕਾਰ ਸੀ ਉਹ ਬੇਹੱਦ ਬਦਨਾਮ ਹੋ ਚੁੱਕੀ ਸੀ ਤੇ ਲੋਕ ਕਿਸੇ ਵੀ ਬਦਲ ਦੀ ਤਲਾਸ਼ ਵਿੱਚ ਸਨ ਜਿਹੜਾ ਜ਼ਰੂਰੀ ਨਹੀਂ ਕਿ ਇਮਾਨਦਾਰ ਹੋਵੇ, ਤਾਂ ਕੇਵਲ ਉਹਨਾਂ ਤੋਂ ਘੱਟ ਬੇਈਮਾਨ ਹੋਵੇ ਤਾਂ ਹੀ ਬਹੁਤ ਅੱਛਾ ਸਾਨੂੰ ਲੱਗਣ ਲੱਗ ਜਾਂਦਾ ਸੀ। ਅਸੀਂ ਇੱਕ ਗੱਲ ਤਾਂ ਇਹ ਯਾਦ ਰੱਖੀਏ ਕਿ ਮਨਪ੍ਰੀਤ ਬਾਦਲ ਹੋਰਾਂ ਨੇ ਆਪਣੀਆਂ ਪਹਿਲੀਆਂ 3 ਇਲੈਕਸ਼ਨਾਂ ਉਸੇ ਪ੍ਰਕਾਸ਼ ਸਿੰਘ ਬਾਦਲ ਜੀ ਦੇ ਥਾਪੜੇ ਨਾਲ ਜਿੱਤੀਆਂ ਨੇ, ਜਿਨ੍ਹਾਂ ਦੀ ਰਾਜਨੀਤੀ ਵਿੱਚ ਉਹਨਾਂ ਨੂੰ ਬਾਅਦ ਵਿੱਚ ਬੜੇ ਖੋਟ ਨਜ਼ਰ ਆਉਣ ਲੱਗ ਪਏ ਸੀ। ਇਹ ਵੀ ਯਾਦ ਰੱਖੀਏ ਕਿ ਮਨਪ੍ਰੀਤ ਬਾਦਲ ਜੀ ਮਾਰਕੀਟ ਨੂੰ ਪਰਨਾਏ ਹੋਏ ਉਹ ਵਿਅਕਤੀ ਨੇ ਜਿਨ੍ਹਾਂ ਨੇ ਫਾਈਨੈਂਸ ਮਿਨਿਸਟਰ ਰਹਿੰਦਿਆਂ ਅਕਾਲੀ ਸਰਕਾਰ ਵੇਲੇ ਆਪਣਾ ਪੂਰਾ ਕੈਰੀਅਰ ਕਿਸਾਨਾਂ ਦੀਆਂ ਸਬਸਿਡੀਆਂ ਬੰਦ ਕਰਨ ਵਾਲੇ ਪਾਸੇ ਗੱਲ ਕਰਕੇ, ਇਹਦੀ ਐਡਵੋਕੇਸੀ ਕਰਕੇ, ਰੈਸ਼ਨਲਾਈਜੇਸ਼ਨ ਕਰਕੇ ਤੇ ਕੰਪਲੀਟ ਲਿਬਰਲਾਈਜੇਸ਼ਨ ਦੀਆਂ ਪਾਲਿਸੀਜ਼ ਦੇ ਨਾਲ ਇਤਫਾਕ ਕਰਕੇ ਅੱਗੇ ਚਲਾਇਆ ਸੀ। ਜਿਸ ਵੇਲੇ ਰਾਜਨੀਤੀ ਦੇ ਵਿੱਚ ਉਹਨਾਂ ਨੂੰ ਜ਼ਰੂਰਤ ਪਈ ਤਾਂ ਉਹਨਾਂ ਨੇ ਸਪਿਨ ਡਾਕਟਰਿੰਗ ਕਰਕੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਨਹੀਂ ਮੈਂ ਜ਼ਰੂਰੀ ਸਬਸਿਡੀਆਂ ਦੇ ਖਿਲਾਫ ਨਹੀਂ ਹਾਂ। ਸੱਚ ਇਹ ਹੈ ਕਿ ਮਨਪ੍ਰੀਤ ਬਾਦਲ ਜੀ ਦਾ ਕਿਸੇ ਕਿਸਮ ਦਾ ਕੋਈ ਮੁਖਾਲਫਤ ਮਨਮੋਹਨ ਸਿੰਘ ਦੀਆਂ ਪਾਲਿਸੀਆਂ ਦੇ ਨਾਲ ਨਹੀਂ ਹੈ, ਨਾ ਹੀ ਪੀ ਚਿਦੰਬਰਮ ਦੀਆਂ ਪਾਲਿਸੀਆਂ ਦੇ ਨਾਲ ਹੈ ਤੇ ਮਨਮੋਹਨ ਸਿੰਘ ਪੀ ਚਿਦੰਬਰਮ ਦੀਆਂ ਪਾਲਿਸੀਆਂ ਦੇ ਨਾਲ ਤੇ ਅਰੁਣ ਜੇਟਲੀ ਦੀ ਵੀ ਕੋਈ ਮੁਖਾਲਫਤ ਨਹੀਂ ਹੈ। ਇਹ ਸਾਰੇ ਜਿਹੜੇ ਸਾਡੇ ਦੇਸ਼ ਦੇ ਵਿੱਚ ਇੱਕ ਕਨਵਰਜੈਂਸ ਇਕਨੋਮਿਕ ਪਾਲਿਸੀਜ਼ ਨੂੰ ਲੈ ਕੇ ਹੋਈ ਹੋਈ ਹੈ ਤੇ ਮਨਪ੍ਰੀਤ ਬਾਦਲ ਵੀ ਉਸੇ ਖਾਤੇ ਦੇ ਵਿੱਚ ਯਕੀਨ ਰੱਖਦੇ ਨੇ, ਇਹਦੇ ਬਾਰੇ ਉਹ ਮੁਨਕਰ ਵੀ ਨਹੀਂ ਹੁੰਦੇ। ਇਹੀ ਚੰਗੀ ਗੱਲ ਹੈ, ਉਹ ਕੋਈ ਆਲਟਰਨੇਟਿਵ ਇਕਨੋਮਿਕ ਸੋਚ ਨਹੀਂ ਰੱਖਦੇ, ਕੋਈ ਇਸ ਕਿਸਮ ਦੀ ਆਰਥਿਕ ਜਿਹੜਾ ਇਕੋ ਸਿਸਟਮ ਹੈ ਉਹਨਾਂ ਦੇ ਨਾ ਕਦੀ ਉਹਦਾ ਪ੍ਰਗਟਾਵਾ ਕੀਤਾ ਨਾ ਹੀ ਉਹਦੀ ਹਮਾਇਤ ਕਰਦੇ ਨੇ, ਜਿਹੜੀ ਕਿਸਾਨੀ ਨੂੰ ਸੈਂਟਰ ਦੇ ਵਿੱਚ ਰੱਖ ਕੇ ਇੱਕ ਆਰਥਿਕ ਢਾਂਚੇ ਦੀ ਸਿਰਜਣ ਦੀ ਗੱਲ ਕਰੇ, ਜਿਹੜੀ ਸਰਕਾਰਾਂ ਦੀ ਲਗਾਤਾਰ ਸਿਹਤ ਅਤੇ ਸਿੱਖਿਆ ਦੇ ਵਿੱਚ ਸ਼ਮੂਲੀਅਤ ਦੀ ਗੱਲ ਕਰੇ ਤੇ ਉਹਨਾਂ ਦਾ ਹਿੱਸਾ ਵਧਾਉਣ ਦੀ ਗੱਲ ਕਰੇ,
ਜਿਸ ਡਿਸਇਨਵੈਸਟਮੈਂਟ ਦੇ ਵਿੱਚ ਤੇ ਪ੍ਰਾਈਵੇਟਾਈਜੇਸ਼ਨ ਦੀ ਲਹਿਰ ਦਾ ਪਾਠ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਨੇ ਤੇ ਅਕਾਲੀ ਦਲ ਦੀ ਸਰਕਾਰ ਰਹੀ ਸੀ, ਉਸੇ ਦਾ ਪਾਠ ਹੁਣ ਮਨਪ੍ਰੀਤ ਬਾਦਲ ਵੀ ਨੇ। ਇਸੇ ਕਰਕੇ ਤੁਸੀਂ ਇਹਨਾਂ ਦੇ ਮੂੰਹੋਂ ਅਕਸਰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੀਆਂ ਗੱਲਾਂ ਵਧੇਰੇ ਸੁਣਦੇ ਹੋ ਤੇ ਸਰਕਾਰ ਨਵੇਂ ਸਰਕਾਰੀ ਸਕੂਲ ਖੋਲੇਗੀ, ਨਵੇਂ ਸਰਕਾਰੀ ਕਾਲਜ ਖੋਲੇਗੀ, ਸਰਕਾਰੀ ਕਾਲਜਾਂ ਦੇ ਵਿੱਚ ਪ੍ਰੋਫੈਸਰਾਂ ਦੀ ਭਰਪੂਰ ਨਿਯੁਕਤੀ ਕਰੇਗੀ, ਭਰਪੂਰ ਟੀਚਰ ਭਰਤੀ ਕੀਤੇ ਜਾਣਗੇ, ਕਲਾਸਰੂਮ ਵਧੀਆ ਬਣਾਏ ਜਾਣਗੇ। ਇਹ ਵਾਲੀ ਜਿਹੜੀ ਲਾਈਨ ਹੈ ਇਹ ਮਨਪ੍ਰੀਤ ਬਾਦਲ ਹੋਰਾਂ ਦੀ ਰਾਜਨੀਤੀ ਤੇ ਇਕਨੋਮਿਕਸ ਦੀ ਲਾਈਨ ਨਹੀਂ ਹੈ, ਨਾ ਹੀ ਕਦੀ ਉਹ ਅਜੇ ਦਾਅਵੇ ਕਰਦੇ ਨੇ। ਇਸ ਕਰਕੇ ਜੇ ਇੱਕ ਸਮੇਂ ਦੇ ਨਾਲ ਨਾਲ ਉਹਨਾਂ ਦੇ ਪ੍ਰਸ਼ੰਸਾ ਪੱਤਰਾਂ ਦੇ ਵਿੱਚ ਲੋਕਾਂ ਦੀ ਜ਼ੁਬਾਨ ਤੇ ਸ਼ੈਲੀ ਥੋੜੀ ਥੋੜੀ ਡਿਲਿਊਟ ਹੋਣੀ ਸ਼ੁਰੂ ਹੋਈ ਹੈ ਤਾਂ ਇਹ ਗੱਲ ਛੇਤੀ ਤੇ ਸੁਖਾਲਿਆ ਸਮਝ ਵਿੱਚ ਵੀ ਆ ਜਾਂਦੀ ਹੈ। ਗਾਲਿਬ ਦੇ 11 ਸ਼ੇਰ ਯਾਦ ਕਰਨ ਦੇ ਨਾਲ ਮੈਨੂੰ ਸ਼ਾਇਦ 12 ਯਾਦ ਹੋਣਗੇ, ਮੈਂ ਗਾਲਿਬ ਦਾ ਐਕਸਪਰਟ ਨਹੀਂ ਹੋ ਜਾਂਦਾ। ਤੇ ਕਦੀ ਕਦੀ ਕਿਸਾਨਾਂ ਦੇ ਨਾਲ ਹਮਦਰਦੀ ਜ਼ਾਹਿਰ ਕਰਨ ਦੇ ਨਾਲ ਕਿਸਾਨਾਂ ਦੇ ਪ੍ਰਤੀ ਮੇਰੀਆਂ ਆਰਥਿਕ ਨੀਤੀਆਂ ਮੋੜਾ ਨਹੀਂ ਕੱਟ ਲੈਂਦੀਆਂ। ਮਨਪ੍ਰੀਤ ਬਾਦਲ ਨੂੰ ਇਹ ਗੱਲ ਭਲੀ ਭਾਂਤ ਪਤਾ ਹੋਣੀ ਚਾਹੀਦੀ ਹੈ। ਚੰਗੀ ਗੱਲ ਇਹ ਹੈ ਕਿ ਸਾਡੇ ਲੋਕ ਅਜੇ ਰਾਜਨੀਤਿਕਾਂ ਦੇ ਇਹਨਾਂ ਚਲਾਵਿਆਂ ਤੋਂ ਸਿਆਣੇ ਨੇ ਤੇ ਛੇਤੀ ਛੇਤੀ ਕਿਸੇ ਦੀ ਅਸਲੀਅਤ ਸਮਝ ਜਾਂਦੇ ਨੇ। ਜੀ 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 ਬਿਲਕੁਲ ਬਿਲਕੁਲ ਬਿਲਕੁਲ। ਤੇ ਚਲਦੇ ਚਲਦੇ ਇੱਕ ਖਬਰ ਦੇ ਉੱਤੇ ਹੋਰ ਚਰਚਾ ਕਰਨੀ ਬਣਦੀ ਹੈ, ਬੜੀ ਮਹੱਤਵ ਇਹ ਖਬਰ ਜਿਹੜੀ ਰੱਖਦੀ ਹੈ। ਜੇ ਆਪਾਂ ਲੰਘੇ ਐਤਵਾਰ ਦੀ ਗੱਲ ਕਰੀਏ, ਜੇ ਧਰਨਿਆਂ ਦੀ ਗੱਲ ਕਰੀਏ, ਕਿਸਾਨ ਤਾਂ ਬੜੀ ਦੇਰ ਤੋਂ ਧਰਨੇ ਜਿਹੜੇ ਨੇ ਉਹ ਲਗਾ ਰਹੇ ਨੇ। ਧਰਨਿਆਂ ਦੀ ਗੱਲ ਪੂਰੇ ਭਾਰਤ ਦੇ ਵਿੱਚ ਧਰਨੇ ਜਿਹੜੇ ਨੇ ਲੱਗ ਰਹੇ ਨੇ, ਪਰ ਜਿੱਥੋਂ ਤੱਕ ਪੰਜਾਬ ਦੀ ਗੱਲ ਹੈ ਤਾਂ ਐਤਵਾਰ ਅਧਿਆਪਕਾਂ ਨੇ ਜਿਹੜਾ ਸੀਗਾ ਉਹ ਧਰਨਾ ਲਗਾਇਆ ਸੀ, ਲਾਠੀ ਚਾਰਜ ਵੀ ਹੋਇਆ, ਜੋ ਸਰਕਾਰ ਤੋਂ ਪੁੱਜਦਾ ਸਰਦਾ ਉਹਨਾਂ ਨੇ ਦਿੱਤਾ ਇਹਨਾਂ ਨੂੰ ਅਧਿਆਪਕਾਂ ਨੂੰ, ਚਾਹੇ ਉਹ ਡੰਡਿਆਂ ਦੇ ਰੂਪ ਚ ਸੀ ਚਾਹੇ ਉਹ ਖਿੱਚ ਧੂ ਦੇ ਰੂਪ ਦੇ ਵਿੱਚ ਸੀਗਾ। 8,000 ਅਧਿਆਪਕਾਂ ਤੇ ਉਲਟਾ ਜਿਹੜਾ ਕੇਸ ਹੈ ਉਹ ਵੀ ਕਰ ਦਿੱਤਾ ਗਿਆ ਕਿ ਉਹਨਾਂ ਨੇ ਹਾਈਵੇ ਦੇ ਉੱਤੇ ਜਾਮ ਜਿਹੜਾ ਸੀਗਾ ਲਗਾਇਆ ਸੀਗਾ। ਉਸ ਤੋਂ ਬਾਅਦ ਚ ਆਂਗਣਵਾੜੀ ਟੀਚਰਾਂ ਦਾ ਲਗਾਤਾਰ ਧਰਨਾ ਜਿਹੜਾ ਉਹ ਚੱਲ ਰਿਹਾ, ਤੇ ਦੂਜੇ ਪਾਸੇ ਖਬਰਾਂ ਜਿਹੜੀਆਂ ਸੀਗੀਆਂ ਇਹ ਵੀ ਆ ਰਹੀਆਂ ਸੀਗੀਆਂ ਕਿ ਇੱਕ ਕਿਸਾਨ ਨੇ ਟੈਂਕੀ ਦੇ ਉੱਤੇ ਚੜ੍ਹ ਕੇ ਜਿਹੜਾ ਸੀਗਾ ਉਹ ਵੀ ਕੱਲ ਉਹਨੇ ਜ਼ਹਿਰ ਪੀ ਕੇ ਖੁਦਕੁਸ਼ੀ ਜਿਹੜੀ ਆ ਉਹ ਕਰ ਲਈ ਹੈ। ਇਹ ਧਰਨਿਆਂ ਦਾ ਦੌਰ ਜਿਹੜਾ ਚੱਲ ਰਿਹਾ, ਕੀ ਸਰਕਾਰ ਇਸ ਤੇ ਕੋਈ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜਾਂ ਸੋਚ ਰਹੀ ਹੈ ਕਿ ਜਿਹੜਾ ਦਿਨ ਚੜਿਆ ਉਹ ਲੰਘ ਹੀ ਜਾਣਾ, ਕੋਈ ਗੱਲ ਨਹੀਂ ਹੈ? ਬਲਰਾਜ ਜੀ, ਮਰਹੂਮ ਮੁਸ਼ਤਾਕ ਅਹਿਮਦ ਪਾਕਿਸਤਾਨ ਦੇ ਬੜੇ ਵੰਡਰਫੁਲ ਲਿਟਰੇਚਰ ਇੱਕ ਇੰਸੀਡੈਂਟ ਦੱਸਦੇ ਸੀ। ਉਹ ਕਹਿੰਦੇ ਨੇ ਰੋਮ ਦੇ ਵਿੱਚ ਉਹਨਾਂ ਦਾ ਕੋਈ ਚਲਾਨ ਹੋ ਗਿਆ ਤੇ ਉਹ ਅਦਾਲਤ ਵਿੱਚ ਪੇਸ਼ ਹੋਏ ਤੇ ਜੱਜ ਨੇ ਪੁੱਛਿਆ ਤੁਸੀਂ ਕੀ ਕੰਮ ਕਰਦੇ ਹੋ। ਉਹ ਵਿਚਾਰੇ ਅਜੇ ਆਪਣੀ ਵਿਥਾ ਦੱਸਣ ਹੀ ਲੱਗੇ ਸੀ, ਪਰ ਜਿਸ ਤਰ੍ਹਾਂ ਹੀ ਉਹਨਾਂ ਨੇ ਮੈਂਸ਼ਨ ਕੀਤਾ ਕਿ ਮੈਂ ਅਧਿਆਪਕ ਹਾਂ, ਤਾਂ ਜੱਜ ਨੇ ਉੱਚੀ ਸਾਰੀ ਕੋਰਟ ਵਿੱਚ ਕਿਹਾ ਦੇਅਰ ਇਜ਼ ਅ ਟੀਚਰ ਇਨ ਦਾ ਕੋਰਟ, ਇੱਕ ਅਧਿਆਪਕ ਅਦਾਲਤ ਵਿੱਚ ਮੌਜੂਦ ਹੈ, ਤੇ ਸਾਰੇ ਲੋਕ ਖੜੇ ਹੋ ਗਏ ਅਦਾਲਤ ਦੇ ਵਿੱਚ ਇੱਜ਼ਤ ਵਜੋਂ। ਜਿਸ ਸਮਾਜ ਦੇ ਵਿੱਚ ਅਧਿਆਪਕਾਂ ਦੀ ਇਹ ਇੱਜ਼ਤ ਹੋਵੇ ਉਸ ਸਮਾਜ ਦੇ ਵਿੱਚ ਅਗਾਂਹ ਵਧਣਾ ਨਿਸ਼ਚਿਤ ਹੁੰਦਾ ਹੈ। ਜੋ ਕੁੱਝ ਲੁਧਿਆਣੇ ਦੀਆਂ ਸੜਕਾਂ ਦੇ ਉੱਤੇ ਅਧਿਆਪਕਾਂ ਦੇ ਨਾਲ ਹੋਇਆ ਇਹ ਸ਼ਰਮ ਦੀ ਗੱਲ ਹੈ। ਸਿਰਫ ਇੰਨੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਇਹ ਕਾਂਗਰਸ ਦੇ ਰਾਜ ਵਿੱਚ ਹੋਇਆ ਤੇ ਤੁਸੀਂ ਸ਼ਰਤ ਲਗਾ ਲਵੋ ਕਿ ਅਕਾਲੀਆਂ ਦੇ ਦੁਆਰਾ ਜਦੋਂ ਰਾਜ ਆਏਗਾ ਤਾਂ ਇਹੀ ਸਭ ਕੁੱਝ ਹੋਵੇਗਾ। ਤੇ ਜਦੋਂ ਅਕਾਲੀਆਂ ਦਾ ਰਾਜ ਸੀ ਇਹੀ ਸਭ ਕੁੱਝ ਅਧਿਆਪਕਾਂ ਨਾਲ, ਨਰਸਿਸ ਨਾਲ, ਆਂਗਨਵਾੜੀ ਵਰਕਰਾਂ ਨਾਲ, ਨਰਸਿਸ ਨਾਲ ਹੁੰਦਾ ਵੀ ਰਿਹਾ। ਸਾਡੇ ਕੱਲ ਦੇ ਅਧਿਆਪਕ ਅੱਜ ਪਾਣੀ ਦੀਆਂ ਟੈਂਕੀਆਂ ਤੇ ਚੜੇ ਨੌਕਰੀਆਂ ਮੰਗ ਰਹੇ ਨੇ, ਤੇ ਸਕੂਲਾਂ ਦੇ ਵਿੱਚ ਬੱਚੇ ਅਧਿਆਪਕਾਂ ਨੂੰ ਉਡੀਕ ਰਹੇ ਨੇ, ਤੇ ਸਕੂਲ ਬੱਚਿਆਂ ਨੂੰ ਉਡੀਕ ਰਹੇ ਨੇ, ਤੇ ਬੱਚੇ ਕੇਵਲ ਬਰਬਾਦੀ ਨੂੰ ਉਡੀਕ ਰਹੇ ਨੇ। ਜਦੋਂ ਅਸੀਂ ਕਹਿੰਦੇ ਹਾਂ ਕਿ ਕਿਸਾਨ ਖੁਦਕੁਸ਼ੀ ਕਰ ਗਿਆ ਕਿਉਂਕਿ ਉਹ ਕਰਜ਼ੇ ਵਿੱਚ ਥੱਲੇ ਦੱਬਿਆ ਸੀ, ਉਹਨਾਂ ਦੇ ਵੱਡੇ ਕਾਰਨ ਇਹ ਨੇ ਕਿ ਦਰਅਸਲ ਉਹ ਕਰਜ਼ੇ ਕਾਰਨ ਖੁਦਕੁਸ਼ੀ ਨਹੀਂ ਕਰਦਾ, ਕਿਸੇ ਦਾ ਬੱਚਾ ਪੜ੍ਹ ਰਿਹਾ ਪ੍ਰਾਈਵੇਟ ਦੇ ਵਿੱਚ ਤੇ ਫੀਸਾਂ ਇੰਨੀਆਂ ਜ਼ਿਆਦਾ ਨੇ ਕਿ ਉਹ ਕਰਜ਼ੇ ਥੱਲੇ ਦੱਬ ਰਿਹਾ ਹੈ, ਕਿਸੇ ਦਾ ਬੱਚਾ ਬਿਮਾਰ ਹੋ ਜਾਂਦਾ ਤਾਂ ਇਲਾਜ ਤੇ ਖਰਚਾ ਇੰਨਾ ਹੋ ਜਾਂਦਾ ਕਿ ਉਹ ਕਰਜ਼ੇ ਥੱਲੇ ਦੱਬ ਰਿਹਾ ਹੈ, ਤੇ ਕੋਈ ਸਪਰੇਆਂ ਇੰਨੀਆਂ ਨਕਲੀ ਆ ਜਾਂਦਾ ਇਸ ਕਾਰਨ ਫਸਲ ਮਰ ਜਾਂਦੀ ਹੈ, ਪਹਿਲਾਂ ਝੋਨਾ ਮਰ ਜਾਂਦਾ, ਫਿਰ ਨਰਮਾ ਮਰ ਜਾਂਦਾ, ਫਿਰ ਵਿਚਾਰਾ ਕੋਈ ਲੱਖਾ ਜਾਂ ਕੋਈ ਗੁਰਦੇਵ ਸਿੰਘ ਮਰ ਜਾਂਦਾ। ਮੁਸ਼ਕਲ ਇਹ ਹੈ ਕਿ ਜਿਸ ਕਿਸਮ ਦੀ ਸਕਿੱਲ ਡਿਵੈਲਪਮੈਂਟ ਦੇ ਨਾਲ ਰੁਜ਼ਗਾਰ ਦੀਆਂ ਗੱਲਾਂ ਕਰ ਰਹੇ ਆ, ਉਸਦੇ ਠੀਕ ਸਾਹਮਣੇ ਇਹ ਨਜ਼ਾਰੇ ਆ ਰਹੇ ਨੇ ਕਿ ਸਾਡੇ ਹਸਪਤਾਲਾਂ ਨੂੰ ਡਾਕਟਰ ਨਰਸਾਂ ਦਰਕਾਰ ਨੇ, ਸਾਡੇ ਸਕੂਲਾਂ ਨੂੰ ਅਧਿਆਪਕ ਦਰਕਾਰ ਨੇ, ਤੇ ਸਰਕਾਰ ਉਹਨਾਂ ਨੂੰ ਨੌਕਰੀਆਂ ਨਹੀਂ ਦੇ ਰਹੀ। ਹੁਣ ਤੁਸੀਂ ਗੱਲ ਕੀਤੀ ਹੈ ਧਰਨਿਆਂ ਦੀ, ਕੀ ਸਾਡੀ ਪ੍ਰੋਟੈਸਟ ਦੀ ਭਾਸ਼ਾ ਇਹਨਾਂ ਧਰਨਿਆਂ ਤੱਕ ਰਹੇਗੀ? ਮੈਨੂੰ ਜਾਪਦਾ ਲੋਕਤੰਤਰ ਦੇ ਵਿੱਚ ਇਹ ਦੋਨੋਂ ਜ਼ਰੂਰੀ ਨੇ, ਧਰਨੇ ਮੁਜ਼ਾਹਰੇ ਪ੍ਰੋਟੈਸਟ ਕਰਨ ਦਾ ਜਨਤੰਤਰਿਕ ਲੋਕਤੰਤਰਿਕ ਅਧਿਕਾਰ, ਤੇ ਆਪਣੀ ਇਸ ਦੁਰਦਸ਼ਾ ਦੇ ਨਾਲ ਨਜਿੱਠਣਾ ਕਿਹੜੇ ਕਾਨੂੰਨਾਂ ਦੇ ਕਾਰਨ ਹੈ, ਕਿਹੜੀਆਂ ਨੀਤੀਆਂ ਦੇ ਕਾਰਨ ਹੈ, ਤੇ ਉਹਨਾਂ ਨੂੰ ਕਿਵੇਂ ਬਦਲਿਆ ਜਾ ਸਕਦਾ ਹੈ, ਤੇ ਕਿਵੇਂ ਉਹ ਇਨਕਲਾਬੀ ਸਟੈਪਸ ਲਏ ਜਾ ਸਕਦੇ ਨੇ ਜਿਹੜੇ ਸਾਡੇ ਅੱਜ ਦੇ ਹਾਲਾਤਾਂ ਨੂੰ ਮੋੜਾ ਦੇਣ, ਕਿਵੇਂ ਅਸੀਂ ਆਪਣੇ ਚੰਗੇ ਰਾਜਨੀਤਿਕ ਚੁਣ ਸਕਦੇ ਹਾਂ, ਇਹਨਾਂ ਸਭ ਬਾਰੇ ਬਹਿਸਾਂ ਉਹਨਾਂ ਵਰਕਸ਼ਾਪਾਂ, ਸੈਮੀਨਾਰਾਂ ਤੇ ਰੈਲੀਆਂ ਦੇ ਵਿੱਚ
ਇਹ ਦੋਨੋਂ ਬਹੁਤ ਜ਼ਰੂਰੀ ਨੇ। ਅਨਫੋਰਚੁਨੇਟਲੀ ਨੇਤਾ ਨੇ ਕੰਮ ਛੱਡ ਦਿੱਤੇ ਨੇ। ਦੇਖੋ ਰਾਜਨੀਤੀ ਦਾ ਇੱਕ ਹਿੱਸਾ ਹੁੰਦਾ ਗਿਆਨ ਦਾ ਨਿਰਮਾਣ। ਅਸੀਂ ਇਹ ਕੰਮ ਯੂਨੀਵਰਸਿਟੀਆਂ ਨੂੰ ਦਿੱਤਾ ਸੀ, ਯੂਨੀਵਰਸਿਟੀਆਂ ਤੇ ਬੜਾ ਪੰਨੂ ਜੀ ਵਿਚਾਰੀਆਂ ਮੁਸ਼ਕਲ ਨਾਲ ਡਿਗਰੀਆਂ ਹੀ ਦੇ ਪਾ ਰਹੀਆਂ ਨੇ, ਗਿਆਨ ਦਾ ਨਿਰਮਾਣ ਉਹ ਕਰ ਨਹੀਂ ਰਹੀਆਂ। ਜਿਹੜਾ ਸਮਾਜ ਦਾ ਨਿਰਮਾਣ ਕਰਨਾ ਸੀ ਉਹ ਰਾਜਨੀਤੀਵਾਨ ਉਹਦੇ ਤੋਂ ਮੁਨਕਰ ਹੋ ਗਿਆ। ਉਹ ਕੰਮ ਐਨਜੀਓ ਨੂੰ ਡੈਪੂਟੇਸ਼ਨ ਤੇ ਦਿੱਤਾ ਸੀ, ਉਹ ਤੇ ਕੇਵਲ ਆਪਣੀ ਦੁਕਾਨ ਹੀ ਚਲਾ ਪਾ ਰਹੀਆਂ ਨੇ। ਇਹ ਲੋਕਾਂ ਨੂੰ ਆਪਣੇ ਹੱਥੀ ਲੈਣਾ ਪਏਗਾ। ਜਿਹੜੇ ਮੇਰੇ ਡਾਕਟਰ ਵੀਰ ਭੈਣਾਂ ANM ਨਰਸ ਆਂਗਨਵਾੜੀ ਵਰਕਰ ਅੱਜ ਡਾਂਗਾ ਖਾ ਰਹੇ ਨੇ, ਮੇਰੀ ਉਹਨਾਂ ਨੂੰ ਇੱਕ ਸਲਾਹ ਹੈ, ਧਰਨੇ ਦੇ ਵਿੱਚ ਜਾਓ, ਪਰ ਕਿਤਾਬ ਨਾਲ ਵੀ ਜੁੜੋ, ਨੀਤੀਆਂ ਨਾਲ ਵੀ ਜੁੜੋ, ਪਾਲਿਸੀ ਫਾਰਮੂਲੇਸ਼ਨ ਦੇ ਨਾਲ ਵੀ ਜੁੜੋ, ਸਾਰਥਕ ਬਹਿਸਾਂ ਦੇ ਨਾਲ ਵੀ ਜੁੜੋ। ਮੈਂ ਉਹ ਲੋਕ ਕਹਿੰਦਾ ਜਿਹੜੇ ਸੈਮੀਨਾਰਾਂ ਵਿੱਚ ਬੋਲਦੇ ਨੇ, ਏਅਰ ਕੰਡੀਸ਼ਨ ਕਮਰਿਆਂ ਵਿੱਚ ਬੈਠ ਕੇ ਪਾਲਿਸੀ ਫਾਰਮੂਲੇਸ਼ਨ ਕਰਦੇ ਨੇ, ਉਹ ਕਿਰਪਾ ਸਹਿਤ ਚੌਂਕਾਂ ਵਿੱਚ ਆਉਣ ਇਹਨਾਂ ਦੇ ਨਾਲ, ਤੇ ਜਿਹੜੇ ਚੌਂਕਾਂ ਵਿੱਚ ਡਾਂਗਾ ਖਾਂਦੇ ਨੇ ਕਿਰਪਾ ਸਹਿਤ ਨਾਲ ਸੈਮੀਨਾਰਾਂ ਦੇ ਕਮਰਿਆਂ ਵਿੱਚ ਵੀ ਜਾਣਾ ਸ਼ੁਰੂ ਕਰਨ। ਸਾਨੂੰ ਇਹ ਫਿਜ਼ੀਕਲ ਸ਼ਕਤੀ ਦਾ ਤੇ ਇੰਟਲੈਕਚੁਅਲ ਸਾਡੀ ਜਿਹੜੀ ਕੈਪੀਟਲ ਹੈ ਦੋਨਾਂ ਦਾ ਸੁਮੇਲ ਬਣਾਉਣਾ ਪਵੇਗਾ, ਤਾਂ ਮੇਰੇ ਅਧਿਆਪਕਾਂ ਦੇ ਉੱਤੇ ਡਾਂਗਾ ਪੈਣੀਆਂ ਬੰਦ ਹੋਣਗੀਆਂ ਤੇ ਉਹਨਾਂ ਦੇ ਹੱਥ ਵਿੱਚ ਚੌਕ ਤੇ ਉਹਨਾਂ ਦੇ ਸਾਹਮਣੇ ਬਲੈਕਬੋਰਡ ਆਏਗਾ। ਜੀ 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 ਬਿਲਕੁਲ 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 ਸਿੰਘ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕੀਮਤੀ ਸਮਾਂ ਪ੍ਰੋਗਰਾਮ ਨੂੰ ਦੇਣ ਦੇ ਲਈ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ।